ਬਾਰਡਰ ਤੇ ਬੈਠੇ ਆ, ਸਾਨੂੰ ਕੋਈ ਸਹੂਲਤ ਨਹੀਂ, ਨਾ ਦਿੱਤੀ ਇਹਨਾਂ, ਨਾ ਦਿੱਤੀ ਉਹਨਾਂ। ਸ਼ਰੇਆਮ ਨਸ਼ਾ ਵੀ ਕੰਡਿਆ, ਚਿੱਟਾ ਵੀ ਕੰਡਿਆ, ਸ਼ਰੇਆਮ ਕਿਉਂ ਬੱਚੇ ਬਰਬਾਦ ਹੋਏ ਪਏ ਆ। ਸਰਕਾਰ ਵਿਖਾਉਣ ਡਈ ਆ ਜੀ ਸਾਡੇ ਇੱਥੇ ਆਣ ਕੇ, ਪੁਲਿਸ ਪੈਂਦੀ ਵੀ ਆ ਤੇ ਪੈਸੇ ਲੈ ਕੇ ਚਲੇ ਜਾਂਦੀ, ਕੁਛ ਨਹੀਂ ਕਰਦੀ। ਪਹਿਲੇ ਵੋਟਾਂ ਜਦੋਂ ਲਈਆਂ ਸੀ ਕਾਂਗਰਸ ਸਰਕਾਰ ਨੇ, ਇਹੀ ਵਾਅਦਾ ਕੀਤਾ ਕਿ ਨਸ਼ਾ ਬੰਦ ਕਰਾਂਗੇ। ਬੋਲਦਾ ਨਹੀਂ ਕਾਕਾ, ਕੋਈ ਸਰਕਾਰ ਨਹੀਂ ਉਹ ਹੈਗੀ, ਕੋਈ ਸਰਕਾਰ ਨਹੀਂ ਉਹ ਹੈਗੀ, ਕੋਈ ਸਰਕਾਰ ਨਹੀਂ ਉਹ ਹੈਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਕ ਸਭਾ ਇਲੈਕਸ਼ਨ ਚੱਲ ਰਹੀ ਹੈਗੀ ਆ ਅਤੇ ਲਾਸਟ ਚਰਨ ਦੇ ਵਿੱਚ ਇਸ ਟਾਈਮ ਆਪਾਂ 2 ਦਿਨ ਰਹਿ ਚੁੱਕੇ ਆ ਪੰਜਾਬ ਦੀ ਇਲੈਕਸ਼ਨ ਦੇ। ਅੱਜ 17 ਤਰੀਕ ਹੋ ਚੁੱਕੀ ਆ, 19 ਤਰੀਕ ਨੂੰ ਵੋਟਿੰਗ ਆ ਅਤੇ 23 ਤਰੀਕ ਨੂੰ ਰਿਜ਼ਲਟ ਆ। ਇਸ ਟਾਈਮ ਆਪਾਂ ਬਿਲਕੁਲ ਬਾਰਡਰ 'ਤੇ ਹੈਗੇ ਹਾਂ, ਹਰਦੋ ਰਟਨ ਪਿੰਡ ਦੇ ਵਿੱਚ। ਪਿੱਛੇ ਵੇਖ ਸਕਦੇ ਹਾਂ ਕਿ ਉਹ ਡਰੇਨ ਲਗਭਗ ਇਸ ਤੋਂ ਅਗਲੇ ਪਾਸੇ ਥੋੜ੍ਹੀ ਦੂਰ ਜਿਹੜਾ ਕਿ ਬਾਰਡਰ ਹੈਗਾ ਵਾ ਭਾਰਤ ਅਤੇ ਪਾਕਿਸਤਾਨ ਦਾ। ਇਹ ਲੋਕ ਕਿਸ ਤਰ੍ਹਾਂ ਇੱਥੇ ਗੁਜ਼ਰ ਵਸ ਕਰ ਰਹੇ ਹੈਗੇ ਆ, ਕੀ ਮੰਗਾਂ ਹੈਗੀਆਂ ਸਰਕਾਰ ਵੱਲੋਂ, ਕੀ ਉਹ ਪੂਰੀਆਂ ਕੀਤੀਆਂ ਜਾਂਦੀਆਂ ਵਾ। ਜਿਹੜੇ ਕਿ ਬਾਰਡਰ 'ਤੇ ਪਿੰਡ ਵੱਸਦੇ ਹੈਗੇ ਆ ਉਹਨਾਂ ਦੇ ਵੀਰਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਇੱਥੇ ਸੱਜਣ ਕੁਛ ਮੌਜੂਦ ਹੈਗੇ ਆ, ਗੱਲਬਾਤ ਕਰਦੇ ਹਾਂ। ਕੀ ਸ਼ੁਭਨਾਮ ਵੀਰ ਜੀ ਤੁਹਾਡਾ? ਅਜੀਤ ਸਿੰਘ। ਅਜੀਤ ਸਿੰਘ ਜੀ, ਕਿਹੜਾ ਪਿੰਡ ਤੁਹਾਡਾ? ਖੁਰਦ। ਖੁਰਦ ਕਿੱਥੋਂ, ਕਿੰਨੀ ਦੂਰ ਪੈਂਦਾ ਇੱਥੋਂ? ਇੱਥੋਂ ਹੈਗਾ 3 ਕਿਲੋਮੀਟਰ। 3 ਕਿਲੋਮੀਟਰ। ਕਿਵੇਂ ਦਾ ਮਾਹੌਲ ਹੁੰਦਾ ਵਾ ਇੱਥੇ ਦਾ ਜਦੋਂ ਵੋਟਾਂ ਹੁੰਦੀਆਂ ਅਤੇ ਜਾਂ ਜਦੋਂ ਜੰਗ ਲੱਗਦੀ ਆ? ਜਦੋਂ ਵੋਟਾਂ ਦੇ ਟਾਈਮ ਇਹ ਵੋਟਾਂ ਦੀ ਜੰਗ ਲੱਗੀ ਹੋਈ ਆ, ਦੂਜੀ ਜੰਗ ਜਦੋਂ ਭਾਰਤ ਪਾਕਿਸਤਾਨ ਕਿਤੇ ਹੁੰਦੀ ਆ ਤਾਂ ਕਿਹੋ ਜਿਹਾ ਪ੍ਰੋਬਲਮ ਆਉਂਦੀਆਂ? ਜਦੋਂ ਜੰਗ ਲੱਗਦੀ ਉਦੋਂ ਤਾਂ ਬਹੁਤ ਮੁਸ਼ਕਲ ਆਉਂਦੀਆਂ, ਉਦੋਂ ਤਾਂ ਉੱਠ ਕੇ ਜਾਣਾ ਪੈਂਦਾ, ਸਮਾਨ ਲੱਦ ਕੇ ਖਾਣਾ ਪੈਂਦਾ, ਬਹੁਤ ਮੁਸ਼ਕਲ ਆਉਂਦੀ। ਹੁਣ ਤੱਕ ਜ਼ਿੰਦਗੀ 'ਚ ਤੁਹਾਨੂੰ ਇਹੋ ਜਿਹਾ ਸਫ਼ਰ ਕਰਨਾ ਪਿਆ ਜਿਹੜਾ ਕਿ ਇਹੋ ਜਿਹੀ ਤ੍ਰਾਸਦੀ ਆਈ ਤੁਹਾਡੇ 'ਤੇ? ਹਾਂ, 2 ਵਾਰ ਕਰਨਾ ਪਿਆ ਜੀ। ਹਾਂਜੀ, 2 ਵਾਰ। ਕਿੱਥੇ ਜਾਂਦੇ ਆ ਤੁਸੀਂ ਇੱਥੋਂ ਪਿੰਡ ਛੱਡ ਕੇ? ਪਿੰਡ ਛੱਡ ਕੇ ਰਿਸ਼ਤੇਦਾਰਾਂ ਕੋਲ ਬਾਹਰ ਚਲ ਜਾਈਦਾ ਪਿੱਛੇ। ਅਤੇ ਪਿੱਛੇ ਫਿਰ ਸਾਂਭ ਸੰਭਾਲ ਤੁਹਾਡੇ ਘਰਾਂ ਦਾ ਬਿਲਕੁਲ ਖਾਲੀ ਕਰਨੇ? ਖਾਲੀ ਕਰਨੇ ਪੈਂਦੇ ਬਿਲਕੁਲ ਜੀ, ਜੰਗਲ ਮਾਰ ਵੀ ਖਾਣਾ ਪੈਂਦਾ, ਸਭ ਸਮਾਨ ਲੱਦਣਾ ਪੈਂਦਾ, ਸਭ ਕੁਝ ਖਾਣਾ ਪੈਂਦਾ। ਅਤੇ ਉਹ ਜਿਹੜਾ ਮਾਹੌਲ ਹੁੰਦਾ ਅਤੇ ਉਹ ਤੋਂ ਬਾਅਦ 'ਚ ਆਪਾਂ ਅੱਜ ਦੇ ਮਾਹੌਲ ਦੀ ਗੱਲ ਕਰ ਰਹੇ ਹਾਂ, ਵੋਟ ਦੀ ਰਾਜਨੀਤੀ ਜਿਹੜੀ ਚੱਲ ਰਹੀ ਹੈ ਇਸ ਟਾਈਮ, ਲੋਕ ਸਭਾ ਇਲੈਕਸ਼ਨ ਚੱਲ ਰਹੀ ਆ, ਤੁਹਾਡੇ ਪਿੰਡਾਂ ਦੀਆਂ ਕਿਹੜੀਆਂ ਸਹੂਲਤਾਂ ਹੈਗੀਆਂ ਵਾ ਜਾਂ ਸਰਕਾਰਾਂ ਕੁਝ ਦਿੰਦੀਆਂ ਕਿ ਗੱਲਾਂ ਬਾਤਾਂ ਕੜਾ ਕਰੀ ਜਾਂਦੀਆਂ? ਸਹੂਲਤਾਂ ਤਾਂ ਬਹੁਤ ਜ਼ਿਆਦੀਆਂ, ਅਜੇ ਤੱਕ ਤਾਂ ਕੋਈ ਸਹੂਲਤ ਨਹੀਂ ਦਿੱਤੀ ਕੋਈ ਵੀ। ਸਹੂਲਤਾਂ ਬਹੁਤ ਜ਼ਿਆਦਾ ਪਿੰਡਾਂ ਦੀਆਂ, ਕੋਈ ਪਾਣੀ ਦਾ ਵਾ, ਕੋਈ ਗਲੀਆਂ ਦਾ ਵਾ, ਇਸ ਤਰ੍ਹਾਂ ਬਹੁਤ ਜ਼ਿਆਦਾ। ਅਤੇ ਤੁਸੀਂ ਪਿੰਡ ਦੇ ਵਿੱਚ ਸਹੂਲਤ ਮੰਨਦੇ, ਕੋਈ ਸਰਕਾਰ ਸਹੂਲਤ ਨਹੀਂ ਦੇ ਰਹੀ? ਹਾਂਜੀ, ਮੈਂ ਐਤਕੀ ਸਰਪੰਚ ਬਣਿਆ ਅਤੇ ਹੁਣ ਸਹੂਲਤ ਤਾਂ ਮੰਗੀ, ਚਲੋ ਦੇਣਗੇ। ਖੁਰਦ ਦੇ ਸਰਪੰਚ? ਧੁਨੇ ਖੁਰਦ ਦੇ ਸਰਪੰਚ ਹਾਂ। ਤੁਸੀਂ ਆਪ ਹੀ ਤੁਸੀਂ ਦੱਸ ਰਹੇ ਕਿ ਦਿੱਤੀਆਂ ਨਹੀਂ ਜਾਂਦੀਆਂ, ਜੋ ਵੀ ਤੁਹਾਨੂੰ ਸਹੂਲਤਾਂ ਕਿਹਾ ਜਾਂਦਾ ਦਿੱਤੀਆਂ ਨਹੀਂ ਜਾਂਦੀਆਂ, ਇਹ ਕਿੱਥੇ ਕਿੱਥੇ ਸਰਕਾਰਾਂ ਫੇਲ ਆ ਤੁਸੀਂ ਇਹ ਗੱਲ ਤੇ ਕਹੋਗੇ ਫਿਰ? ਹਾਂ, ਨਹੀਂ ਨਹੀਂ, ਸਰਕਾਰਾਂ ਫੇਲ ਆਹੋ ਜਿਹੜੀ ਕਾਲੀ ਸਰਕਾਰ ਪਿੱਛੇ ਰਹੀ ਆ ਉਹ ਤਾਂ ਫੇਲ ਵਾਲੇ ਕੰਮ ਕੀਤਾ ਨਾ। ਅਤੇ ਕਾਂਗਰਸ ਦਾ ਕਿਵੇਂ ਲੈਂਦੇ ਆ 2.5 ਸਾਲ ਤੱਕ? ਵੇਖੋ ਹੁਣ ਅਗਾਂਹ ਆ ਰਹੇ ਆ, ਚਲੋ ਅਸੀਂ ਵੀ ਸਰਪੰਚ ਹੋ ਚੁੱਕੇ ਆ 2.5 ਸਾਲ ਦੇ ਵਿੱਚ, ਕਿਹੋ ਜਿਹੀਆਂ ਤੁਹਾਨੂੰ ਸਹੂਲਤਾਂ ਮਿਲੀਆਂ ਬਾਰਡਰ ਦੇ ਵਿੱਚ? ਸਹੂਲਤਾਂ ਜਦੋਂ ਬਾਰਡਰ ਤੇ ਤੇ ਠੀਕ ਦਿੰਦੇ ਰਹੇ ਆ। ਕੀ ਮਾਹੌਲ ਹੈਗਾ ਵਾ ਬਾਰਡਰ ਦਾ, ਕੀ ਲੱਗਦਾ ਤੁਹਾਨੂੰ, ਕਿਹਦੀ ਪੋਜੀਸ਼ਨ ਵਧੀਆ ਵਾ, ਅਕਾਲੀ ਦਲ ਦੀ, ਭਾਜਪਾ ਦੀ ਜਾਂ ਕਾਂਗਰਸ? ਕਾਂਗਰਸ ਦੀ ਜੀ, ਕਾਂਗਰਸ ਦੀ ਵਧੀਆ। ਹਾਂਜੀ, ਬਹੁਤ ਬਹੁਤ ਅੱਗੇ ਜਿਤਾਇਆ ਸੀ ਕਾਂਗਰਸ ਜਿੰਨੇ ਔਜਲਾ ਸਾਹਿਬ, ਲੱਗਦਾ ਕਿ ਇਸ ਟਾਈਮ ਜਿੱਤ ਦਰਜ ਕਰਨਗੇ। ਪੂਰੀ ਵੀ ਵੱਡੀ ਦਾਅਵੇਦਾਰੀ ਕਰ ਰਹੇ ਆ ਇਸ ਟਾਈਮ, 2 ਲੱਖ ਤੇ ਯਾਰ ਕਿ 4 ਲੱਖ ਤੇ ਜਿੱਤੂ ਆ। ਹਰਦੀਪ ਸਿੰਘ ਪੁਰੀ ਦੀ ਵੀ ਵੱਡੀ ਦਾਅਵੇਦਾਰੀ ਆ ਕਿ ਅਸੀਂ ਇਲੈਕਸ਼ਨ ਜਿੱਤਾਂਗੇ? ਨਹੀਂ, ਇੱਧਰ ਜ਼ਿਆਦਾ ਔਜਲਾ ਜ਼ਿਆਦਾ, ਔਜਲਾ ਜ਼ਿਆਦਾ। ਕੀ ਲੱਗਦਾ ਤੁਹਾਨੂੰ, ਕਿਉਂਕਿ ਵੋਟਾਂ ਪੈਂਦੀਆਂ ਵਾ ਕੰਮ ਨੂੰ, ਤੁਸੀਂ ਪਿੰਡ ਦੇ ਮੋਹਤਬਾਰ ਸੱਜਣ ਹੋ, ਮੰਗਾਂ ਤੁਹਾਡੇ ਕੋਲ ਵੀ ਲੋਕ ਰੱਖਦੇ ਆ, ਮੰਗਾਂ ਜਿਹੜੀਆਂ MLA ਕੋ MP ਕੋ ਰੱਖੀਆਂ ਜਾਂਦੀਆਂ, ਉਹ ਮੰਗਾਂ ਪੂਰੀਆਂ ਹੋਣ 'ਤੇ ਵੋਟਾਂ ਪੈਂਦੀਆਂ, ਤੁਹਾਨੂੰ ਲੱਗਦਾ ਕਿ ਵੋਟ ਪਊਗੀ? ਹਾਂਜੀ ਹਾਂਜੀ, ਵੋਟ ਸਾਨੂੰ ਬਹੁਤ ਪਊਗੀ, ਐਰ ਕਿ ਮੰਗਾਂ ਵੀ ਹੋਣੀਆਂ, ਜਿਹੜੀ ਕਾਂਗਰਸ ਸਰਕਾਰ ਆਈ ਆ ਉਹ ਕਰਦੀ ਮੰਗਾਂ ਪੂਰੀਆਂ। ਹਾਂਜੀ, ਹੋਰ ਵੀ ਸਾਡੇ ਨਾਲ ਸੱਜਣ ਹੈਗੇ, ਕੀ ਸ਼ੁਭ ਨਾਮ ਜੀ? ਪਰਮਜੀਤ ਸਿੰਘ ਮੈਂਬਰ। ਪਰਮਜੀਤ ਜੀ, ਕਿਹੜਾ ਪਿੰਡ ਤੁਹਾਡਾ? ਨਵੇਂ ਖੁਰਦ। ਨਵੇਂ ਖੁਰਦ, ਤੁਸੀਂ ਸਰਪੰਚ ਜੀ ਨਾਲ ਸਹਿਮਤ ਹੋ ਜਿਹੜੀਆਂ ਮੰਗਾਂ ਸਰਕਾਰ ਕੋਲ ਮੰਗੀਆਂ ਜਾਂਦੀਆਂ ਮੰਨ ਲੈਂਦੀਆਂ? ਹਾਂਜੀ ਹਾਂਜੀ। ਲੱਗਦਾ ਤੁਹਾਨੂੰ ਇਸ ਟਾਈਮ ਕਿਹੜੀ ਸਰਕਾਰ ਆਊਗੀ? ਪਿੱਛੇ ਤੇ ਜੀ ਗੁਰਜੀਤ ਸਿੰਘ ਔਜਲੇ ਨੂੰ ਮਿਲੇ 2.5 ਸਾਲ ਸੀ, 2.5 ਸਾਲਾਂ 'ਚ ਤੇ ਕੁਛ ਵੀ ਟਾਈਮ ਨਹੀਂ ਅਸੀਂ ਮਿਲਿਆ, ਅਤੇ ਐਰ ਕੀ ਹੁਣ 5 ਸਾਲਾਂ ਆਉਣ ਵਾਲਿਆਂ 'ਚ ਵੇਖੋ ਕੀ ਕਰਦਾ ਪਿਆ। ਹੋਰ ਆਪਣੇ ਬਜ਼ੁਰਗ ਸਾਡੇ ਨਾਲ ਹੈਗੇ ਆ, ਬਜ਼ੁਰਗੋ ਤੁਸੀਂ ਹੰਢਾ ਚੁੱਕੇ ਜੋ ਬੜੀ ਲੰਬੀ ਜ਼ਿੰਦਗੀ, ਬਿਲਕੁਲ ਬਾਰਡਰ 'ਤੇ ਬੈਠੇ ਹੋ, ਮੁਸ਼ਕਲਾਂ ਕਿਹੋ ਜਿਹੀਆਂ ਹੁੰਦੀਆਂ ਬਾਰਡਰ ਦੀਆਂ? ਮੁਸ਼ਕਲਾਂ ਅਸੀਂ ਜਿਉਂਦੇ ਜੰਮੇ ਆ ਨਾ, ਆਉਂਦੇ ਉੱਜੜਦੇ ਰਹੇ ਹਾਂ, ਇੱਕ ਜੋ ਪਾਕਿਸਤਾਨ ਬਣਿਆ ਉਦੋਂ ਉੱਜੜੇ, ਜੋ 65 ਦਾ ਰੰਗ ਲਗਾ ਉਦੋਂ ਉੱਜੜੇ, ਫਿਰ 71 ਦਾ ਲਗਾ ਫਿਰ ਉੱਜੜੇ, ਉੱਜੜਦੇ ਰਹਿੰਦੀਆਂ ਜੀ ਗੱਲ ਕਰੀ ਆ, ਅਤੇ ਸਾਡੀ ਗੱਲ ਕੋਈ ਸੁਣਦਾ ਨਹੀਂ ਹੈਗਾ। ਸਰਕਾਰਾਂ ਖਿਆਲ ਰੱਖਦੀਆਂ ਤੁਹਾਡਾ ਜਾਂ ਗੱਲੀ ਬਾਤਾਂ ਕਰਕੇ ਵਾਪਸ ਚਲੇ ਜਾਂਦੀਆਂ? ਗੱਲੀ ਪਾਤੀ ਕਰਕੇ ਵਾਪਸ ਚਲੇ ਜਾਂਦੇ, ਇੰਨਾ ਚਿਰ ਹੋ ਗਿਆ ਸਾਡੀ ਕਿਸੇ ਸੁਣੀ ਨਹੀਂ। ਜਿਹੜੇ ਬਾਰਡਰ ਪਹਿਲੇ ਸਾਡੇ ਪੱਕੇ ਮਕਾਨ ਚਾਹੀਦੇ ਆ, ਪੱਕੀਆਂ ਗਲੀਆਂ ਚਾਹੀਦੀਆਂ ਨੇ, ਅਤੇ ਜੇ ਸਾਡੇ ਜਿਹੜੇ ਅਸੀਂ ਸ਼ੇਰ ਦੇ ਮੂੰਹ ਅੱਗੇ ਬੈਠੇ ਹਾਂ ਤਾਂ ਸਾਨੂੰ ਸਹੂਲਤ ਪੱਕੀ ਚਾਹੀਦੀ ਆ ਨਾ। ਇਸ ਟਾਈਮ ਵੋਟਾਂ ਆ ਗਈਆਂ ਵਾ, ਫਿਰ ਲੋਕ ਸਭਾ ਇਸ ਟਾਈਮ ਪ੍ਰਧਾਨ ਮੰਤਰੀ ਦੀ ਚੋਣ ਹੋਣ ਜਾ ਰਹੀ ਆ, 2-3 ਦਿਨ ਤੱਕ ਵੋਟਾਂ ਹੈਗੀਆਂ, ਉਹ ਤੋਂ ਬਾਅਦ 'ਚ 23 ਤਰੀਕ ਨੂੰ ਪ੍ਰਧਾਨ ਮੰਤਰੀ ਦੇਸ਼ ਦਾ ਚੋਣ ਲੈਣਾ ਵਾ। 15-15 ਲੱਖ ਦੇ ਵਾਅਦੇ ਵੀ ਕੀਤੇ ਸੀ, ਕਾਂਗਰਸ 72,000 ਦਾ ਵਾਅਦਾ ਕਰਦੀ ਆ, ਕੀ ਲੱਗਦਾ ਵਾਅਦੇ ਪੂਰੇ?
ਕਿਹਨੂੰ ਜਿਤਾ ਰਹੇ ਫਿਰ ਐਤਕੀ ਇਹ ਅਸਲੀਅਤ ਲੱਗਦਾ ਨਾਲ ਹੀ ਆ ਗਏ ਸੁਣਦੀਆਂ ਨਹੀਂ ਗਿਆ ਫਿਰ ਵੋਟ ਫਿਰ ਵੀ ਪਾਉਣੀ ਪੈਣੀ ਆ। ਸਹਿਮਤ ਹੋ ਤੁਸੀਂ ਕਿ ਸਰਕਾਰਾਂ ਤੇ ਨਹੀਂ ਮੰਨਦੀਆਂ ਸਾਡੀ ਗੱਲ ਪਰ ਵੋਟ ਪਾਉਣੀ ਪੈਂਦੀ ਆ? ਬਜ਼ੁਰਗ ਕਹਿ ਰਿਹਾ ਬੜੀ ਲੰਬੀ ਜ਼ਿੰਦਗੀ ਹੰਢਾਈ ਆ, ਬੜਾ ਵੱਡਾ ਤਜਰਬਾ ਦੱਸਿਆ ਉਹਨਾਂ ਆਪਣੀ ਜ਼ਿੰਦਗੀ ਦਾ ਕਿ ਬਹੁਤ ਵਾਰੀ ਉੱਜੜ ਵੀ ਚੁੱਕੇ ਆ ਇਸ ਜਗ੍ਹਾ ਤੋਂ ਫਿਰ ਵਾਪਸ ਆਪਣੇ ਘਰ ਵਿੱਚ ਆਉਣਾ। ਠੀਕ ਹੈ ਜੋ ਕਹਿ ਰਹੇ ਠੀਕ ਕਹਿ ਰਹੇ ਨੇ, ਪੱਕੇ ਪਕਾਨ ਸਾਨੂੰ ਪਾ ਕੇ ਦੇਣ। ਅਸੀਂ ਤਾਂ ਸਾਡੇ ਸਿਉਂਕ ਨਾਲ ਬਾਲੇ ਸਾਰੇ ਖਾਂਦੇ ਆ ਅਤੇ ਅੱਜ ਜਨਰਲ ਸੀਲ ਸਾਹਿਬ ਲੋਕਾਂ ਨੂੰ ਬਾਲਿਆਂ ਦੀਆਂ ਗ੍ਰਾਂਟਾਂ ਮਿਲਦੀਆਂ, ਸਾਡੇ ਤਾਂ ਕੋਈ ਪੁੱਛਦਾ ਹੀ ਨਹੀਂ ਇੱਥੇ। 72,000 ਦਾ ਵਾਅਦਾ ਕਾਂਗਰਸ ਪਾਰਟੀ ਵੀ ਕਰ ਰਹੀ ਆ, ਇਸ ਟਾਈਮ ਤੁਸੀਂ ਔਜਲਾ ਸਾਹਿਬ ਦੀ ਵੋਟ ਦੀ ਗੱਲ ਕਰ ਰਹੇ ਹੋ। 72,000 ਦਾ ਵਾਅਦਾ, 15,00,000 ਦਾ ਪਿਛਲੀ ਸਰਕਾਰ ਨੇ ਵੀ ਕੀਤਾ ਸੀ ਅਤੇ ਹੋਰ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਚੁੱਕੀਆਂ ਸੀ। ਕਾਂਗਰਸ ਦਾ ਰਾਜ ਭਾਗ 2.5 ਸਾਲ ਦਾ ਹੋ ਚੁੱਕਾ, ਇਹਦੇ ਵਿੱਚ ਕਿਸਾਨੀ ਅਤੇ ਜਵਾਨੀ ਨੂੰ ਕਿਵੇਂ ਵੇਖਿਆ ਤੁਸੀਂ? ਕਿਸਾਨੀ ਥੋੜ੍ਹੀ ਬਹੁਤੀ ਵਧੀਆ ਹੋਈ ਆ ਜਾਂ 2.5 ਸਾਲ ਦੇ ਕਾਂਗਰਸ ਦੇ ਰਾਜ ਭਾਗ? ਇਹ ਜਦੋਂ ਸਾਡਾ ਸਰਪੰਚ ਬਣਿਆ ਨਾ, ਇਹ ਅਜੇ ਬਣਦਿਆਂ ਸਾਰ ਦੇ ਇਲੈਕਸ਼ਨ ਆ ਗਿਆ ਅਤੇ ਇਹਨੇ ਗ੍ਰਾਂਟ ਵਿਚਾਰੇ ਕਿੱਥੇ ਲਾਉਣੀ ਹੋਣਾ, ਦੋ ਦਿਨ ਪਤਾ ਲੱਗੂ ਵੀ ਕਿੱਥੇ ਲਾਉਂਦਾ। ਇਹਦਾ ਤਾਂ ਅਸੀਂ ਮਾੜਾ ਤਾਂ ਆਖੀਏ ਨਹੀਂ, ਇਹਨੂੰ ਤਾਂ ਮੌਕਾ ਨਹੀਂ ਮਿਲਿਆ ਜੇ। ਅਜੇ ਗ੍ਰਾਂਟ ਨਹੀਂ ਮਿਲੀ ਕੋਈ? ਨਹੀਂ, ਗ੍ਰਾਂਟ ਇੱਕ ਆਈ ਮਿਲੀ ਆ, ਪਰ ਲਾਉਣ ਦਾ ਨਹੀਂ ਮੌਕਾ ਮਿਲਿਆ। ਫਿਰ ਉਹ ਲੱਗ ਗਿਆ ਕੋਈ ਹਾਂ। ਹੋਰ ਵੀ ਆਪਾਂ ਇੱਥੇ ਵੀਰ ਹੈਗੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਕੀ ਸ਼ੁਭ ਨਾਮ ਵੀਰ ਜੀ? ਧਰਮਿੰਦਰ ਸਿੰਘ ਜੀ। ਧਰਮਿੰਦਰ ਸਿੰਘ ਜੀ, ਕਿਹੜਾ ਪਿੰਡ ਤੁਹਾਡਾ? ਆਪਣਾ ਹਰਦੋ ਰਤਨ ਜੀ। ਹਰਦੋ ਰਤਨ, ਜਿਹੜੇ ਪਿੰਡ 'ਚ ਖੜ੍ਹੇ ਹੈਗੇ ਆ, ਬਿਲਕੁਲ ਤੁਸੀਂ ਉਸ ਜਗ੍ਹਾ 'ਤੇ ਖੜ੍ਹੇ ਹੈਗੇ ਆ, ਬਿਲਕੁਲ ਭਾਰਤ ਅਤੇ ਪਾਕਿਸਤਾਨ ਦਾ ਬਾਰਡਰ ਹੈਗਾ ਅਤੇ ਬਜ਼ੁਰਗ ਦੱਸ ਚੁੱਕੇ ਆ ਕਿ ਸਾਡਾ ਪਿੰਡ ਪਾਰ ਪਰਲੇ। ਹਾਂ ਬਿਲਕੁਲ, ਬਜ਼ੁਰਗਾਂ ਨੇ ਆਪਣੀ ਕਹਾਣੀ ਦੱਸੀ ਕਿ ਕਈ ਵਾਰੀ ਇੱਥੋਂ ਜਾੜਾ ਹੋ ਚੁੱਕਾ ਵਾ, ਪਰ ਸਰਕਾਰਾਂ ਸ਼ਾਇਦ ਕੋਈ ਕੰਮ ਨਹੀਂ ਕਰਦੀਆਂ, ਗੱਲੀ ਬਾਤੀਂ ਕੜਾ ਕਰਕੇ ਇੱਥੋਂ ਚਲੇ ਜਾਂਦੀਆਂ। ਸਰਕਾਰਾਂ ਦੇ ਤੁਹਾਨੂੰ ਭਾਅ ਜੀ ਪਤਾ ਹੀ ਆ ਸਰਕਾਰਾਂ, ਪਰ ਜਿਹੜਾ ਹੁਣ ਸੋਜਮਾਨ ਔਜਲਾ ਸਾਹਿਬ, ਇਹ 'ਤੇ ਬਹੁਤ ਸਾਨੂੰ ਉਮੀਦਾਂ ਜੀ। ਹਾਂਜੀ, ਇਹ ਹਾਂਜੀ ਪੂਰੀ ਆਸ ਆ ਵੀ ਕੰਮ ਕਰਨਗੇ ਜੀ। ਇਸ ਟਾਈਮ ਵੱਡੀ ਦਾਅਵੇਦਾਰੀ ਹਰਦੀਪ ਸਿੰਘ ਪੁਰੀ ਵੀ ਕਰ ਰਹੇ ਆ, ਉਹ ਕਹਿੰਦੇ ਕਿ ਪਿਛਲਾ ਖਮਿਆਜਾ ਭੁਗਤਣਾ ਪਊਗਾ ਜੇ ਤੁਸੀਂ ਨਹੀਂ ਜਿਤਾਉਂਦੇ। ਤੇ ਬਾਬਾ ਜੀ, ਇਹ ਗੁੰਡਾਗਰਦੀ ਕਰਨ ਦੇ ਅਕਾਲੀ ਅਕਾਲੀ ਦਲ ਵਾਲੇ। ਕਾਂਗਰਸ ਕਿਵੇਂ ਲੱਗਦੀ? ਕਾਂਗਰਸ 'ਤੇ ਤੁਹਾਨੂੰ ਅਸੀਂ ਔਜਲਾ ਸਾਹਿਬ ਦੇ ਮਗਰੇ ਹਾਂ ਜੀ, ਬਾਕੀ ਕਾਂਗਰਸ ਦੇ ਔਜਲਾ ਸਾਹਿਬ ਦੇ ਸਾਨੂੰ ਪੂਰੀਆਂ ਆਸਾਂ ਜੀ। ਹਰਦੋ ਰਤਨ ਪਿੰਡ ਜਿਹੜਾ ਕਿ ਭਾਰਤ ਅਤੇ ਪਾਕਿਸਤਾਨ ਦੇ ਬਿਲਕੁਲ ਬਾਰਡਰ 'ਤੇ ਹੈਗੇ ਆ, ਕਿ ਫਿਰ ਆਪਾਂ ਪਿੱਛੇ ਝਾਤੀ ਮਾਰਦੇ ਹਾਂ ਕਿ ਇਹ ਜਿਹੜੇ ਡਰੇਨ ਦਿਖ ਰਹੀ ਹੈਗੀ ਆ, ਤੁਸੀਂ ਦਿਖ ਰਹੀ ਆ, ਇਹ ਤੋਂ ਅਗਲੇ ਪਾਸੇ ਬਿਲਕੁਲ ਪਾਕਿਸਤਾਨ ਹੈਗਾ ਵਾ, ਕੇਵਲ 2-3 ਕਿਲੋਮੀਟਰ ਦੀ ਵੇਸ 'ਤੇ ਇਹ ਪਿੰਡ ਹਰਦੋ ਰਤਨ ਹੈਗਾ ਵਾ। ਹਰਦੋ ਰਤਨ ਦੇ ਨਿਵਾਸੀਆਂ ਨਾਲ ਗੱਲਬਾਤ ਕਰ ਰਹੇ ਹੈਗੇ ਅਤੇ ਇੱਥੇ ਲਾਗਲੇ ਪਿੰਡਾਂ ਦੇ ਵੀ ਸੱਜਣੇ ਇੱਥੇ ਪਹੁੰਚੇ ਹੈਗੇ ਆ, ਬੀਬੀਆਂ ਵੀ ਸਾਡੇ ਨਾਲ ਹੈਗੀਆਂ ਵਾ, ਬਜ਼ੁਰਗਾਂ ਨਾਲ ਗੱਲ ਕੀਤੀ ਸੀ। ਬੀਬੀ ਜੀ, ਕੀ ਸ਼ੁਭ ਨਾਮ ਤੁਹਾਡਾ? ਮੇਰਾ ਨਾਂ ਸਰਜੀਤ ਕੌਰ। ਮੁਸੀਬਤ ਵੀ ਕੋਈ ਬਣੀ ਆ, ਸਾਡੀ ਕਿਸੇ ਬਾਂਹ ਨਹੀਂ ਫੜੀ, ਸਾਡੇ ਸਿਰਫ ਸਰਪੰਚ ਸਾਹਿਬ ਨੇ ਵੀ ਨਹੀਂ ਜਾ ਕੇ ਆਖਿਆ ਵੀ ਇਹ ਤੁਹਾਡੇ ਨਾਲ ਗਲਤੀ ਹੋਈ ਆ ਤੇ ਤੂੰ ਇਹ ਕਿਉਂ ਹੋਈ ਆ। ਕਿਹੋ ਜਿਹੀਆਂ ਮੁਸੀਬਤਾਂ ਆਈਆਂ ਤੁਹਾਨੂੰ, ਕਿਹੜੀਆਂ ਗਲਤੀਆਂ? ਸਮੈਕ ਵਿਗਦੀ ਇੱਥੇ, ਸਮੈਕ ਵਿਗਦੀ ਆ ਤੇ ਮੇਰਾ ਪੋਤਰਾ ਜਿਹੜਾ ਸਕਾ ਉੱਧਰ ਜਾਂਦਾ, ਪਹਿਲੋਂ ਮੇਰਾ ਵੱਡਾ ਨਿੱਕਾ ਜਾਂਦਾ ਸੀ, ਉਹਨੂੰ ਅਸੀਂ ਕੁੱਟ ਮਾਰ ਕੇ ਕੱਢਿਆ ਇੱਥੋਂ। ਬਾਅਦ ਵਿੱਚ ਸਾਡਾ ਉਹਨੂੰ ਛੋਟਾ ਪੋਤ ਬੱਚਾ ਗਿਆ, ਉਹਨੂੰ ਫਿਰ ਇਹ ਲੈ ਗਿਆ ਨਹਿਰ 'ਤੇ ਮੋਰਚੇ ਦੇ ਵਿੱਚ, ਮੋਰਚੇ 'ਚੋਂ ਅਸਾਂ ਕੱਢ ਕੇ ਆਉਂਦਾ, ਫਿਰ ਸਾਡੇ ਡਰਾਈਵਰ ਮੁੰਡੇ ਆਏ ਆ ਬਾਹਰੋਂ, ਉਹਨਾਂ ਫਿਰ ਚੰਗਾ ਕੁੱਟਿਆ, ਉਹਨੂੰ ਵੀ ਕੁੱਟਿਆ, ਤੂੰ ਆਪਣੇ ਨੂੰ ਵੀ ਕੁੱਟਿਆ, ਆਪਣੇ ਦਾ ਵੀ ਦੰਦ ਭੰਨਿਆ ਵਾ। ਕੌਣ ਵਕਾ ਰਿਹਾ ਇਸ ਟਾਈਮ ਦੇ ਉੱਤੇ? ਜੇ 10 ਸਾਲ ਕਾਰਜ ਭਾਰ ਰਿਹਾ ਸੀ ਅਕਾਲੀ ਦਲ ਦਾ ਤੇ ਕਿਤੇ ਨਾ ਕਿਤੇ ਤੋਹਮਤਾਂ ਲੱਗੀਆਂ ਸੀ ਕਿ ਅਕਾਲੀ ਦਲ ਵਕਾ ਰਿਹਾ, ਹੁਣ ਤੇ 2.5 ਸਾਲ ਹੋ ਗਏ ਕਾਂਗਰਸ ਦਾ ਰਾਜ ਆਇਆ ਤੇ ਕਾਂਗਰਸ ਨੇ ਆਉਂਦਿਆਂ ਕਿਹਾ ਸੀ ਕਿ ਅਸੀਂ ਨਸ਼ਾ ਪੰਜਾਬ 'ਚੋਂ ਖਤਮ ਕਰ ਦਾਂਗੇ, ਲੱਗਦਾ ਖਤਮ ਹੋ ਗਿਆ? ਨਹੀਂ ਹੋਇਆ ਵੀਰ, ਬਿਲਕੁਲ ਨਹੀਂ ਹੋਇਆ, ਸਗੋਂ ਜ਼ਿਆਦਾ ਹੋਇਆ। ਸਰੇਆਮ ਵਿਕਣ ਡਈ ਆ ਬਾਰਡਰ ਤੇ, ਸਰੇਆਮ ਵਿਕਣ ਸਰੇਆਮ ਵਿਕਣ ਡਈ ਆਣ ਕੇ ਤੇ ਸ਼ਾਮਾਂ ਨੂੰ ਇੱਥੇ ਪਹਿਰਾ ਲੱਗਣਾ ਚਾਹੀਦਾ। ਪ੍ਰਸ਼ਾਸਨ ਪੰਜਾਬ ਪੁਲਿਸ ਨਹੀਂ ਇੱਥੇ ਪਹੁੰਚਦੀ ਜਾਂ ਫੜ ਨਹੀਂ ਫੜੇ ਜਾਂਦੇ ਜਿਹੜੇ ਨਸ਼ਾ ਵੇਚਦੇ? ਉਹ ਨਹੀਂ ਫੜੇ ਜਾਂਦੇ, ਨਾ ਹੀ ਕੋਈ ਫੜਦਾ ਨਹੀਂ ਗਾ, ਫੜਦਾ ਵੀ ਆ ਕੋਈ, ਸਾਨੂੰ ਅਸਰ ਹੀ ਕੋਈ ਨਹੀਂ ਗਾ ਇੱਥੇ। ਬੀਬੀ ਜੀ, ਕੀ ਨਾਂ ਤੁਹਾਡਾ? ਕਸ਼ਮੀਰ ਕੌਰ। ਕਸ਼ਮੀਰ ਕੌਰ ਜੀ, ਕੀ ਲੱਗਦਾ ਤੁਹਾਨੂੰ, ਬੀਬੀ ਜੀ ਨੇ ਗੱਲਬਾਤ ਕੀਤੀ ਹੈਗੀ ਕਿ ਨਸ਼ਾ ਬਹੁਤ ਵੱਡੀ ਪੱਧਰ ਤੇ ਆ? ਹਾਂਜੀ, ਬੱਚੇ ਬਰਬਾਦ ਹੋਣ ਡਏ ਸਾਡੇ ਬਹੁਤ ਜ਼ਿਆਦਾ।
ਤੁਹਾਡੇ ਪਰਿਵਾਰ ਚ ਵੀ ਕੋਈ ਮੈਂਬਰ ਹੈਗਾ? ਹਾਂ ਬਹੁਤ ਗਲਤ ਜਾਣ ਡਿਆ। ਤੁਹਾਡਾ ਬੇਟਾ ਵਾ ਜਿਹੜਾ ਨਸ਼ਾ ਖਾ ਰਿਹਾ ਹੈ? ਹਾਂਜੀ, ਉਹ ਬਹੁਤ ਜ਼ਿਆਦਾ ਪੀ। ਕਿਹੜੀ ਚੀਜ਼ ਆ, ਕਿਹੜੀ ਪੀ ਪੀਤੀ ਜਾਂਦੀ ਆ? ਕਿਉਂਕਿ ਨਸ਼ੇ ਚਿੱਟੇ ਦੀ ਗੱਲ ਆਉਂਦੀ ਸੀ। ਚਿੱਟੇ ਦੀ, ਚਿੱਟਾ ਹੀ ਆ, ਚਿੱਟਾ ਹੀ ਆਉਂਦਾ। ਹਾਂਜੀ ਚਿੱਟਾ ਹੀ। ਅਜੇ ਵੀ ਪਿੰਡਾਂ 'ਚ ਚਿੱਟਾ ਵਿਕਦਾ? ਹਾਂਜੀ ਬਿਲਕੁਲ ਵਿਕਦਾ ਜੀ, ਇੱਥੇ ਬਹੁਤ ਜ਼ਿਆਦਾ ਵਿਕਦਾ, ਸ਼ਰੇਆਮ ਵਿਕਣ ਡਿਆ ਜੀ ਇੱਥੇ। ਹਰਦੋ ਰਤਨ ਦੇ ਨਾਲ ਕਿਹੜੇ ਪਿੰਡਾਂ ਦੀ ਗੱਲ ਕਰਾਂਗੇ? ਅਸੀਂ ਹਰਦੋ ਰਤਨ ਦੀ ਕਰਾਂਗੇ, ਇਸ ਟਾਈਮ ਅਸੀਂ ਇੱਥੇ ਰਹਿੰਦੇ ਹਾਂ ਹਰਦੋ ਰਤਨ। ਹਾਂਜੀ, ਸ਼ਰੇਆਮ ਵੇਖ ਰਿਹਾ ਤੁਸੀਂ ਦੱਸ ਰਹੇ ਆ, ਇਹਨੂੰ ਫੜਿਆ ਕਿਉਂ ਨਹੀਂ ਜਾਂਦਾ? 2.5 ਸਾਲ ਦਾ ਰਾਜਭਾਰ ਕਾਂਗਰਸ ਦਾ, ਸਰਕਾਰ ਦਾ ਵਿੱਚ ਜੋ ਗਿਆ ਜੀ, ਸਰਕਾਰ ਵਿਖਾਉਣ ਡਈ ਆ ਜੀ ਸਾਡੇ ਇੱਥੇ। ਆਣ ਕੇ ਪੁਲਿਸ ਪੈਂਦੀ ਵੀ ਆ ਤੇ ਪੈਸੇ ਲੈ ਕੇ ਚਲੇ ਜਾਂਦੀ, ਕੁਛ ਨਹੀਂ ਕਰਦੇ ਨਿਬੇੜਦੀ ਇੱਥੇ। ਸ਼ਰੇਆਮ ਨਸ਼ਾ ਵਿਕਣ ਡਿਆ, ਚਿੱਟਾ ਵਿਕਣ ਡਿਆ, ਸਰੇਆਮ ਬੱਚੇ ਬਰਬਾਦ ਹੋਏ ਪਏ ਆ। ਫਿਰ ਜਦੋਂ ਹੁਣ ਵੀ ਲੋਕ ਸਭਾ ਇਲੈਕਸ਼ਨ ਆ ਰਹੀ ਹੈਗੀ ਆ, ਤੁਹਾਡੇ ਪਿੰਡਾਂ ਦੇ ਵਿੱਚ ਜਦੋਂ ਲੀਡਰ ਆਉਂਦੇ ਆ, ਕਿਉਂ ਨਹੀਂ ਮੰਗਾਂ ਰੱਖੀਆਂ ਜਾਂਦੀਆਂ ਕਿ ਨਸ਼ੇ ਨੂੰ ਖਤਮ ਕਰ ਦੇ? ਤੁਸੀਂ ਸੌ ਪਹਿਲੇ ਵੋਟਾਂ ਜਦੋਂ ਲਈਆਂ ਸੀ ਕਾਂਗਰਸ ਸਰਕਾਰ ਨੇ, ਇਹੀ ਵਾਅਦਾ ਕੀਤਾ ਕਿ ਨਸ਼ਾ ਬੰਦ ਕਰਾਂਗੇ, ਪਰ ਬਿਲਕੁਲ ਨਸ਼ਾ ਨਹੀਂ ਬੰਦ ਕੀਤਾ। ਵੋਟਾਂ ਸਾਰਿਆਂ ਪਾਈਆਂ, ਕੋਈ ਕਿਸਾਨਾਂ ਦਾ ਕਰਜ਼ਾ ਨਹੀਂ ਮਾਫ ਕੀਤਾ, ਕਿਸੇ ਬੱਚੇ ਨੂੰ ਨੌਕਰੀ ਨਹੀਂ ਦਿੱਤੀ ਗਈ। ਬੱਚੇ ਬਰਬਾਦ ਹੋਣ ਡਏ ਆ, ਪੜ੍ਹੇ ਲਿਖੇ ਬੱਚੇ ਤੁਰੇ ਫਿਰਨ ਡਏ ਹੈਗੇ, ਇਹਨਾਂ ਦੇ 3 ਬੱਚੇ ਬਰਬਾਦ ਹੋਏ ਸਭ ਨਾਲ ਸਮੈਕ ਪੀ ਕੇ। ਮੈਂ ਬੜਾ ਪਿੱਟੀ ਪੁੱਤ, ਬੜਾ ਪਿੱਟ ਪਿੱਟ ਕੇ ਮੈਂ ਗਈ, ਪਿੱਟ ਪਿੱਟ ਕੇ ਗਈ ਆ। ਫਿਰ ਮੈਂ ਮੈਨੂੰ ਆ ਸੋਟਾ ਲੈ ਕੇ ਮੇਰੇ ਮਗਰ ਉਹ ਮਜਬਣ ਭੱਜੀ ਆ, ਤੇ ਮੈਂ ਮੁੜ ਕੇ ਦਰਖਾਸਤ ਦੇ ਕੇ ਆਈ ਆ, ਮੇਰੀ ਦਰਖਾਸਤ ਦਾ ਕੋਈ ਮੁੱਲ ਨਹੀਂ ਪਿਆ। ਇਸ ਟਾਈਮ ਲੋਕ ਸਭਾ ਇਲੈਕਸ਼ਨ ਫੇਰ ਆ ਗਈ ਆ, ਸਰਕਾਰ ਆਪਣੇ ਵਾਅਦੇ ਕਰਦੀ ਆ, ਵਾਅਦੇ ਵਫਾ ਨਹੀਂ ਕਰਦੀ। ਵਾਅਦਾ ਵੂਦਾ ਨਹੀਂ ਕਾਕਾ, ਕੋਈ ਸਰਕਾਰ ਨਹੀਂ ਉਹ ਹੈਗੀ, ਕੋਈ ਵਾਅਦਾ ਨਹੀਂ ਉਹ। ਬਿਲਕੁਲ ਜੀ, ਹਰਦੋ ਰਤਨ ਦੇ ਬੀਬੀਆਂ, ਬੱਚੇ ਪਾਸ ਕਰਾਂਗੇ ਅਸੀਂ, ਬੱਚਿਆਂ ਨੂੰ ਕੰਮਾਂ ਤੇ ਲਾਵਾਂਗੇ, ਬੱਚਿਆਂ ਦਾ ਕਾਲਾ ਮੂੰਹ ਕਰਕੇ ਕਈ ਫੈਕਟਰੀਆਂ ਸੁੱਟਣ, ਇਹ ਪਿੰਡਾਂ ਵਿੱਚੋਂ ਬੱਚੇ ਨਿਕਲਣ। ਬਿਲਕੁਲ ਜੀ, ਹਰਦੋ ਰਤਨ ਪਿੰਡ ਦੇ ਨਿਵਾਸੀ ਹੈਗੇ ਆ, ਇੱਥੇ ਕੁਛ ਨੌਜਵਾਨ ਹੀ ਸਾਡੇ ਨਾਲ ਹੈਗੇ ਆ। ਕੀ ਸ਼ਬਨਾਮ ਵੀਰ ਜੀ ਤੁਹਾਡਾ? ਸਰ ਮੇਰਾ ਨਾਮ ਪ੍ਰਦੀਪ ਸਿੰਘ ਹੈ। ਤੁਸੀਂ ਇਸੇ ਪਿੰਡ ਤੋਂ? ਹਾਂਜੀ। ਬੀਬੀਆਂ ਨੇ ਕੁਛ ਗੱਲਬਾਤ ਕੀਤੀ ਸੀ, ਤੁਸੀਂ ਸਹਿਮਤ ਹੋ ਕਿ ਇੱਥੇ ਨਸ਼ਾ ਬਹੁਤ ਵੱਡੀ ਪੱਧਰ ਤੇ ਵਿਕ ਰਿਹਾ? ਸਰ ਇਹ ਤੇ ਸਰ ਘਰ ਘਰ ਹੋ ਗਿਆ ਹੁਣ, ਤੁਹਾਨੂੰ ਪਤਾ ਵਾ ਕਿ ਸਾਡੇ ਤੇ ਜ਼ਿਆਦਾਤਰ ਜਿਹੜੇ ਯੂਥ ਆ ਬਾਹਰੋਂ ਆ ਕੇ ਮੁੰਡੇ ਆਉਂਦੇ ਆ ਤੇ ਇੱਥੇ ਆ ਕੇ ਨਸ਼ਾ ਖਰੀਦਣ ਆਉਂਦੇ ਇਹ ਪਿੰਡ ਸਾਡੇ 'ਚ, ਤੇ ਅਸੀਂ ਚਾਹੁੰਦੇ ਹਾਂ ਕਿ ਇਹ ਚੀਜ਼ਾਂ ਬੰਦ ਹੋਣ, ਕਿਉਂਕਿ ਸਾਨੂੰ ਪਤਾ ਨਹੀਂ, ਇਹਨਾਂ ਕਰਕੇ ਅਸੀਂ ਇੱਥੇ ਘਰ ਛੱਡ ਕੇ ਨਹੀਂ ਜਾ ਸਕਦੇ ਕਿਸੇ ਨੂੰ, ਪਿੱਛੇ ਚੋਰੀਆਂ ਚਕਾਰੀਆਂ ਹਰ ਇੱਕ ਚੀਜ਼ਾਂ ਹੋ ਰਹੀਆਂ, ਇੱਥੇ ਨਸ਼ਾ ਬਹੁਤ ਵੱਡੇ ਪੱਧਰ 'ਤੇ ਵਿਕ ਰਿਹਾ ਸਾਡੇ ਪਿੰਡਾਂ ਦੇ। ਇਹ ਪਿੰਡ ਦੇ ਵਿੱਚ ਹੀ ਨਸ਼ਾ ਵਿਕ ਰਿਹਾ? ਹਾਂਜੀ, ਬਹੁਤ ਜ਼ਿਆਦਾ। ਹਾਂਜੀ ਬਿਲਕੁਲ ਜੀ, ਨੌਜਵਾਨ ਸਾਡੇ ਨਾਲ ਹੋਰ ਵੀ ਕੁਛ ਹੈ ਗਿਆ। ਵੀਰ ਜੀ, ਇੱਕ ਬੀਬੀਆਂ ਨੇ ਗੱਲ ਕੀਤੀ ਸੀ, ਕੁਛ ਨੌਜਵਾਨ ਹੀ ਦੱਸ ਰਹੇ ਆ ਕਿ ਹਰਦੋ ਰਤਨ ਦੇ ਵਿੱਚ ਨਸ਼ੇ ਦੀ ਬਹੁਤ ਵੱਡੀ ਸਮਗਲਿੰਗ ਹੋ ਰਹੀ ਹੈ। ਬਹੁਤ ਜ਼ਿਆਦਾ। ਨੌਜਵਾਨੀ ਨੂੰ ਬਚਾਉਣ ਦੀਆਂ ਕਸਮਾਂ ਖਾਧੀਆਂ ਜਾਂਦੀਆਂ, ਸਰਕਾਰਾਂ ਕਿਉਂ ਫੇਲ ਇਹਨਾਂ ਕੰਮਾਂ ਵਾਸਤੇ ਜਦੋਂ ਸਰਕਾਰ ਆਉਂਦੀ ਆ? ਦੇਖੋ ਭਾਜੀ, ਬਿਲਕੁਲ ਸੱਚਾਈ ਗੱਲ ਆ, ਕੋਈ ਪਿੰਡ ਦੇ ਵਿੱਚ ਸਹੂਲਤ ਨਹੀਂ ਆ, ਕੁੱਖ ਨਹੀਂ ਹੈਗਾ, ਜਿਹੜੇ ਛੱਪੜ ਆ ਪਾਣੀ ਦਾ ਨਿਕਾਸ ਨਹੀਂ ਹੈਗਾ, ਸਾਰੇ ਪੂਰੇ ਗਏ ਨੇ। ਪਿੰਡ ਦੇ ਵਿੱਚ ਜਾ ਕੇ ਤੁਸੀਂ ਪੜ੍ਹਦੇ, ਫਿਰਨੀਆਂ 'ਤੇ ਪਾਣੀ ਫਿਰ ਰਿਹਾ। 15 ਸਾਲ ਅਕਾਲੀ ਰਾਜ ਕਰਕੇ ਗਏ ਆ, 2 ਸਾਲ ਕਾਂਗਰਸ ਨੂੰ ਹੋ ਗਿਆ। ਕਾਂਗਰਸ ਨੇ ਬੜੇ ਵੱਡੇ ਵਾਅਦੇ ਕੀਤੇ ਸੀ ਕਿ ਅਸੀਂ ਇੱਕ ਵਾਅਦੇ ਪੂਰੇ ਕਰਾਂਗੇ, ਨਸ਼ਾ ਖਤਮ ਕਰਾਂਗੇ, ਬੇਰੁਜ਼ਗਾਰੀ ਖਤਮ ਕਰਾਂਗੇ, ਕਿਸਾਨੀ ਜਿਹੜੀ ਕਿ ਇਸ ਟਾਈਮ ਡੁੱਬ ਰਹੀ ਆ ਇਹਨੂੰ ਠੀਕ ਲੀਹ 'ਤੇ ਲਿਆਂਦਾ ਜਾਊਗਾ। ਤੁਹਾਨੂੰ ਲੱਗਦਾ ਕਿ ਇਹ 'ਚੋਂ ਕੋਈ ਵਾਅਦਾ ਪੂਰਾ ਹੋਇਆ? ਵੇਖੋ ਜੀ, ਉਹ 15 ਸਾਲ ਕਰਕੇ ਗਏ ਆ, ਉਹਨਾਂ ਨੇ ਕੁਛ ਕੀਤਾ ਨਹੀਂ ਹਾਲੇ, ਇਹਨਾਂ ਨੇ 3 ਸਾਲ ਪਏ ਆ, ਵੇਖੋ ਕੀ ਕਰਦੇ ਪਏ। ਸਾਨੂੰ ਉਮੀਦ ਆ ਕਿ ਉਹ ਕਰ ਦੇਣ, ਜੇ ਨਾ ਕਰਨਗੇ ਤਾਂ ਫਿਰ ਗਾਂਹ ਹੋਰ ਕੋਈ ਮੁੱਦਾ ਚੁੱਕਿਆ ਜਾਏਗਾ। ਕਿਉਂ ਵੀਰ ਜੀ, ਤੁਸੀਂ ਵੀ ਨੌਜਵਾਨ ਹੋ, ਸਹਿਮਤ ਇਹਨਾਂ ਗੱਲਾਂ ਨਾਲ? ਕਿਉਂਕਿ ਨੌਜਵਾਨ ਪੀੜ੍ਹੀ ਕੁਛ ਸਾਡੀ ਬਾਹਰ ਜਾ ਰਹੀ ਆ, ਕੁਛ ਨਸ਼ਿਆਂ ਨੇ ਗਲਤਾਨ ਕਰ ਦਿੱਤੀ ਆ, ਅਤੇ ਹਰਦੋ ਰਤਨ 'ਚ ਵੀ ਇਸ ਟਾਈਮ ਜਿਹੜੀ ਗੱਲ ਚੱਲੀ ਆ, ਮੇਨ ਨਸ਼ੇ ਦੀ ਗੱਲ ਚੱਲ ਰਹੀ ਆ। ਹਰ ਘਰ ਦੇ ਵਿੱਚ ਉਹ ਕਹਿ ਰਹੇ ਕਿ ਚਿੱਟੇ ਦਾ ਜਿਹੜਾ ਕਿ ਵੇਚਿਆ ਵੀ ਜਾ ਰਿਹਾ ਅਤੇ ਨਸ਼ੇ 'ਤੇ ਜਵਾਨੀ ਵੀ ਬਰਬਾਦ ਹੋ ਰਹੀ ਆ। ਹਾਂਜੀ ਵੀਰ ਜੀ, ਜੋ ਵੀ ਗੱਲ ਵੀਰ ਹੋਣਾ ਕਹੀ ਆ ਇਹ ਸਭ ਸਹੀ ਆ। 10-15 ਸਾਲ ਜੋ ਅਕਾਲੀ ਸਰਕਾਰ ਨੇ ਉਹਨਾਂ ਨੇ ਲੰਘੇ ਆ, ਉਹਨਾਂ ਨੇ ਕੋਈ ਨਹੀਂ ਕੀਤਾ, ਨਾ ਕਿਸੇ ਰੁਜ਼ਗਾਰ ਦਵਾਇਆ, ਬਸ ਉਹਨਾਂ ਨੇ ਝੂਠੇ ਵਾਅਦੇ ਕੀਤੇ ਜੋ ਕੀਤਾ, ਅਤੇ ਜੋ ਨਸ਼ਾ ਇਹ 10-15 ਸਾਲਾਂ ਪਿੱਛੇ ਉਹ ਤੁਰਿਆ ਆਉਂਦਾ, ਅਤੇ ਇਹ ਹੁਣ ਕਹਿੰਦੇ ਵੀ ਕਾਂਗਰਸ, ਚਲੋ ਆਪਾਂ ਕਿਸੇ ਪਾਰਟੀ ਨੂੰ ਕਰਦੇ ਨਹੀਂ, ਸਪੋਰਟ ਨਹੀਂ ਕਰਦੇ, ਬਾਕੀ ਜੋ ਸਚਾਈ ਆ ਇਹ 10-15 ਸਾਲ ਪਿਛਲੀ ਸਰਕਾਰ ਨੂੰ ਉਹਨਾਂ ਨੇ ਕੁਛ ਕੀਤਾ, ਯਾਨੀ ਕਿ ਮੰਤਰੀ ਸਾਹਿਬ ਨਾ ਇਹਨਾਂ ਨੇ ਪਿੰਡ ਦਾ ਕੋਈ ਵਿਕਾਸ ਕੀਤਾ, ਤੁਸੀਂ ਖੁਦ ਜਾ ਕੇ ਵੇਖ ਲਓ। ਅਤੇ ਜੋ ਨਸ਼ਾ ਜੋ 15 ਸਾਲਾਂ 'ਚ ਬਹੁਤ ਜ਼ਿਆਦਾ ਸੀ, ਹੁਣ ਥੋੜ੍ਹਾ 2-2.5 ਸਾਲ ਹੋਏ ਫਰਕ ਪਿਆ, ਬਾਕੀ ਹਰੇ ਵੀ ਪੂਰਾ ਨਹੀਂ ਫਰਕ ਪਿਆ, ਵਿਕਦਾ ਵੀ ਇਹ ਪੀਂਦੇ ਵੀ ਆ। ਨਸ਼ਾ ਖਤਮ ਕਰਨ ਦੀਆਂ ਸਰਕਾਰਾਂ ਸਹੁੰਆਂ ਖਾਂਦੀਆਂ ਵਾ, 2.5 ਸਾਲ ਦਾ ਕਾਰਜਭਾਲ ਵੀ ਹੋ ਚੁੱਕਾ ਵਾ, ਤੁਹਾਨੂੰ ਲੱਗਦਾ ਕਿ ਜਿਵੇਂ ਵੀਰ ਜੀ ਨੇ ਕਿਹਾ ਥੋੜ੍ਹਾ ਘਟਿਆ ਹੈਗਾ, ਪਰ ਉਦੋਂ ਸਹੁੰ ਖਾਧੀ ਜਾਂਦੀ ਕਿ ਨਸ਼ਾ ਖਤਮ ਕਰ ਦਿੱਤਾ ਜਾਵੇ? ਵੇਖੋ ਜੀ, ਜਿੱਦਾਂ ਅੱਗੇ ਘਟਿਆ ਗਾ ਹੋਰ ਵੀ ਘਟਾ ਸਕਦੇ ਨੇ। ਕੌਣ ਜ਼ਿੰਮੇਵਾਰ, ਕਿਹਨੂੰ ਮੰਨਦੇ ਆ? ਅਸੀਂ ਤਾਂ ਸਰਕਾਰਾਂ ਨੂੰ ਮੰਨਦੇ ਹਾਂ ਜਿਨ੍ਹਾਂ ਨੇ ਪਹਿਲਾਂ ਚਾਲੂ ਕੀਤੇ ਜਾਂ ਹਾਲੇ ਤੱਕ ਜਿਹੜੇ ਵਾਅਦੇ ਕੀਤੇ ਪੂਰੇ ਨਹੀਂ ਕੀਤੇ। ਪਿੰਡਾਂ ਵਿੱਚ ਕਿੰਨੇ ਸਾਰੇ ਦੁਨੀਆ ਧੱਕੇ ਖਾ ਰਹੇ ਨੇ, ਪਹਿਲੇ ਨੰਬਰ 'ਤੇ ਇੱਕ ਵਾਹਗਾ ਬਾਰਡਰ ਬੰਦ ਕਰ ਦਿੱਤਾ, ਸਾਡਾ ਰੁਜ਼ਗਾਰ ਖੋਲਿਆ, ਮੇਨ ਗੱਲ ਤੇ ਰੁਜ਼ਗਾਰ ਸੀ, ਕਿਹੋ ਜਿਹਾ ਰੁਜ਼ਗਾਰ? ਸਾਡਾ ਇਹੀ ਜੀ, ਸਾਡੀ ਰੋਜ਼ੀ ਰੋਟੀ ਜਿਹੜੀ ਬਾਰਡਰ ਦੀ ਸਾਰੀ ਇਹਨਾਂ
सरपंच साहब मैं थोड़े एक बार जरूर आना चाहूँगा क्योंकि वड्डा मुद्दा हरदो रतन पिंड ने चक्या है कि इतने नशा बहुत विक रहा। तुम दस रहे हो कि वड्डी जिम्मेवारी दी जाती है, असं पिंड का सरपंच चुनते हैं, पिंड का मोहतबर चुनते हैं, पिंड के विकास वास्ते चुनते हैं, पिंड की नौजवानी वास्ते चुनते हैं, उस तो बाद आसा होंगे कि साढ़े ये काम होने चाहिए। थोड़ी बड़ी वड्डी जिम्मेवारी है इन्होंने पिंडा की, लगता तुम सहमत हो जो गल अं सहमत हाँ नशे बारे अं भी सहमत हाँ नशा जरा बाकी हरदो रतन है पिंड धनोईपुर का फर्क तो कोई नहीं है लग ही है अं तो करते हैं अं जिते भी जाना ना जाने तैयार हैं जो भी करना नशा टाइए। इस टाइम तुम भी कांग्रेस की हमायत भी कर रहे हो, औजला साहब के पार्टिया से भी जाने हैं, पार्टी भी उही है तो नशे दोवं भी खादिया जा पर अज बीबिया ने गल की कित ना कि नशे को जवानी को बर्बाद करने वास्ते उन्हें बे सीधा ही जो टारगेट किया है सरकार ने। इस तरह मैं औजला साहब मानते हैं ना फिर उन्हें गल करके सारे काम कराने ਉਹਦਾ ਸਭ ਬਣ ਜਾਂਦੇ ਆ ਫਿਰ ਬਾਅਦ ਕਰ ਰਹੇ ਹਾਂ ਚਿਰ ਬਾਅਦ ਤੁਹਾਡੇ ਫਿਰ ਪਿੰਡ ਆਈਏ ਤੇ ਇਹ ਗੱਲ ਦਾ ਪਤਾ ਜਾਵੇ ਪਤਾ ਲੱਗ ਸਕੇ ਇਹਨਾਂ ਬੀਬੀਆਂ ਦੇ ਰੋਣ ਮਹੀਨਾ ਦੋ ਚਾਰ ਮਹੀਨੇ ਲੱਗਣੇ ਹੀ ਆ ਐਡੀ ਛੇਤੀ ਤੇ ਕੰਮ ਹੋਣਾ ਨਹੀਂ ਅਸੀਂ ਬੰਦਾ ਉਹਨਾਂ ਨੇ ਸੋਹਾਂ ਚੁੱਕਣੀਆਂ ਕਈ ਕੰਮ ਕਰਨੇ ਫਿਰ ਹੀ ਉਹਨਾਂ ਕੰਮ ਕਰਨੇ ਸ਼ੁਰੂ ਫਿਰ ਕਰਾਂਗੇ ਉਹਨਾਂ ਨਾਲ ਗੱਲਬਾਤ। ਬਿਲਕੁਲ ਜੀ ਇਹ ਪਿੰਡ ਦੇ ਮੋਤਵਾਰ ਸੱਜਣ ਹੈਗੇ ਆ ਹੋਰ ਵੀ ਸੱਜਣ ਸਾੜਨਾ ਹੈਗੇ ਆ ਕਾਂਗਰਸ ਦੇ ਝੰਡੇ ਲੈ ਕੇ ਸ਼ਾਇਦ ਕਾਂਗਰਸ ਦੀ ਰੈਲੀ ਜਾ ਰਹੇ ਹੈਗੇ ਆ ਕੀ ਸ਼ੁਭਨਾਮ ਵੀਰ ਜੀ ਤੁਹਾਡਾ ਵੀਰ ਪੁੰਨਣ ਸਿੰਘ ਜੀ ਪੁੰਨਣ ਸਿੰਘ ਜੀ ਤੁਸੀਂ ਕਾਂਗਰਸੀ ਲੱਗਦੇ ਆ ਕਾਂਗਰਸੀ ਹਾਂ ਜੀ ਬੜਾ ਵੱਡਾ ਇੱਥੇ ਇਲਜ਼ਾਮ ਲਾਇਆ ਗਿਆ ਕਿ ਸਰਕਾਰਾਂ ਨਸ਼ੇ ਵਿਕਾ ਰਹੀਆਂ ਤੇ ਸਰਕਾਰ ਵੀ ਕਾਂਗਰਸ ਦੀ ਆ ਤੁਸੀਂ ਵੀ ਉੱਥੇ ਜਾ ਰਹੇ ਹੋ ਇਹ ਮੁੱਦਾ ਚੁੱਕੋਗੇ ਉੱਥੇ ਜਾ ਕੇ? ਹਾਂਜੀ ਚੁੱਕਣਾ ਪਏਗਾ ਜੀ ਕੋਈ ਕਰਦਾ ਹੀ ਕੱਖ ਨਹੀਂ ਪੁਲਿਸ ਆਉਂਦੀ ਆ ਪੁੱਛਦੇ ਉਹਨਾਂ ਨੂੰ ਜਦੋਂ ਕਾਂਗਰਸ ਦਾ ਤੁਸੀਂ ਝੰਡਾ ਫੜਿਆ ਵਾ ਕਾਂਗਰਸ ਕੋਲ ਹੀ ਤੁਸੀਂ ਚੱਲੇ ਆ ਨਸ਼ੇ ਦੀ ਗੱਲ ਹੋਣ ਡਈ ਆ ਜਵਾਨੀ ਬਰਬਾਦ ਦੀ ਗੱਲ ਹੋਣ ਡਈ ਜੀ ਬਹੁਤ ਜ਼ਿਆਦਾ ਬਰਬਾਦ ਹੁੰਦੇ ਥੋੜੀ ਵੀ ਨਹੀਂ ਹੁੰਦੀ ਤੁਸੀਂ ਪੁੱਛੋਗੇ ਹੁਣ ਉਹਨਾਂ ਨੂੰ ਜਾ ਕੇ ਮੰਗ ਰੱਖੋਗੇ ਰੰਗ ਮੰਗ ਚ ਰੱਖਣੀ ਪਏਗੀ ਮੰਗ ਲੱਗਦਾ ਪੂਰੀ ਹੋਊਗੀ ਸਰਕਾਰ ਵੱਲੋਂ ਇਹ ਵੇਖੋ ਜੀ ਉਹਨਾਂ ਦੀ ਮਰਜ਼ੀ ਦੀ ਗੱਲ ਆ ਜੇ ਮਰਜ਼ੀ ਪੂਰੀ ਨਹੀਂ ਕਰਦੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਝੰਡਾ ਕਿਹੜਾ ਚੁੱਕਿਆ ਜਾਊਗਾ? ਉਹ ਜਿਹੜਾ ਵੀ ਉਹ ਸਰਕਾਰ ਚੁਕਾਏਗੀ ਉਹ ਚੁੱਕ ਲਾਂਗੇ ਰਾਜ ਨੂੰ ਛੱਡ ਦਾਂਗੇ। ਕੀ ਲੱਗਦਾ ਤੁਹਾਨੂੰ ਤੁਸੀਂ ਸਹਿਮਤ ਇਹਨਾਂ ਗੱਲਾਂ ਨਾਲ ਕਿ ਝੰਡਾ ਦੇ ਚੁੱਕੇ ਕਾਂਗਰਸ ਦਾ ਚੱਲੇ ਹੈਗੇ ਆ ਪਰ ਕਾਂਗਰਸ ਦੇ 2.5 ਸਾਲ ਦੇ ਕਾਰਜਭਾਰ ਵਿੱਚ ਵੱਡਾ ਦਾਗ ਲੱਗਾ ਹਰਦੋ ਰਤਨ ਪਿੰਡ ਦੇ ਵਿੱਚ ਕਿ ਇੱਥੇ ਨਸ਼ਾ ਬਹੁਤ ਜ਼ਿਆਦਾ ਵਿਕਾਇਆ ਜਾ ਰਿਹਾ? ਹਾਂਜੀ ਠੀਕ ਬਹੁਤ ਜ਼ਿਆਦਾ ਹੀ ਪਰ ਪਹਿਲਾਂ ਬਹੁਤ ਜ਼ਿਆਦਾ ਹੀ ਹੁਣ ਬਹੁਤ ਫਰਕ ਪੈ ਗਿਆ ਅੱਗੇ ਨਾਲੋਂ ਘੱਟ ਗਿਆ ਆ ਪਰ ਪੂਰਾ ਜਿਹੜਾ ਬੰਦ ਹੋਣਾ ਆ ਉਹ ਨਹੀਂ ਬੰਦ ਨਹੀਂ ਹੋਇਆ ਇਹ ਬੰਦ ਹੋਣਾ ਚਾਹੀਦਾ ਹੈ ਇਹ ਸਰਕਾਰ ਨੂੰ ਚਾਹੀਦਾ ਆ। ਪ੍ਰਸ਼ਾਸਨ ਕਿੰਨੇ ਕੁ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਇੱਥੇ ਆਣ ਕੇ ਤੁਹਾਨੂੰ ਕੀ ਲੱਗਦਾ ਪ੍ਰਸ਼ਾਸਨ ਆਪਣੀ ਬਖੂਬੀ ਜ਼ਿੰਮੇਵਾਰੀ ਨਿਭਾ ਰਿਹਾ ਜਿਵੇਂ ਵੀ ਕੋਈ ਨਹੀਂ ਨਿਭਾ ਰਿਹਾ ਇੱਥੇ ਨਹੀਂ ਕੱਖ ਵੀ ਹੋਣ ਡਿਆ ਇੱਥੇ ਜਿਹੜਾ 300 ਦਾ ਨਾ ਕਢਾਉਣ 100 ਦਾ ਵੀ ਗੰਢਿਆ ਵਾਧੂ ਉਹ ਕਿਸ ਤਰ੍ਹਾਂ ਮਤਲਬ ਕਿ ਚੀਜ਼ ਨਹੀਂ ਕੋਈ ਤਾਂ ਰੇਟ ਹੁੰਦਾ ਹੀ ਕੋਈ ਨਹੀਂ ਤੇ ਅੱਛਾ ਰੇਟ ਚੀਜ਼ ਦਾ ਘੱਟ ਗਿਆ ਨਸ਼ਾ ਜ਼ਿਆਦਾ ਵਿਕਣ ਨਸ਼ਾ ਵੱਧ ਵਿਕਣ ਡਿਆ ਜਿੱਥੇ ਅੱਗੇ 300 ਦਾ 100 ਦਾ ਵਿਕਣ ਡਿਆ ਉਹਨੂੰ ਜ਼ਿਆਦਾ ਖਾਣ ਡਿਆ ਪੁਲਿਸ ਵਾਲੇ ਪੈਸੇ ਲੈ ਕੇ ਛੱਡ ਦਿੰਦੀ ਹੈ ਪੁਲਿਸ ਵੜਦੀ ਨਹੀਂ ਇੱਥੇ ਆਉਂਦੀ ਕਿਤੇ ਵਾ ਪੁਲਿਸ ਦੇ ਆਉਂਦੀ ਤਾਂ ਘੇਰਾ ਪੂਰਾ ਕੱਢ ਕੇ ਚੱਲ ਜਾਂਦੀ ਆ ਮੋਰਚੇ ਤੇ ਆਮ ਪੀਣ ਡਿਆ ਲੋਕੀ ਤੇ ਖਾਣ ਡਿਆ ਜਿਹੜੇ ਮੋਰਚੇ ਆਪਣੇ ਦੇਸ਼ ਦੀ ਸੁਰੱਖਿਆ ਵਾਸਤੇ ਬਣੇ ਹੁੰਦੇ ਆ ਨੌਜਵਾਨ ਗਲਤ ਤਰੀਕਿਆਂ ਵਾਸਤੇ ਹਾਂਜੀ ਉਹ ਤਾਂ ਟੀਕੇ ਲਾਉਣ ਡਿਆ ਵਾਧੂ ਦੇ ਇਹਨਾਂ ਮੋਰਚਿਆਂ ਦੇ ਹਾਂਜੀ ਬੜਾ ਕੰਮ ਚੱਲਣ ਡਿਆ ਹੁਣ ਕਿਹਨੂੰ ਡੱਕੀਏ ਤੇ ਕਿਹਨੂੰ ਨਾ ਡੱਕੀਏ ਇਹ ਪੁਲਿਸ ਡੱਕੇ ਦੇ ਪੁਲਿਸ ਕਰਦੀ ਕੱਖ ਨਹੀਂ ਦੇ ਆਹ ਬਿਲਕੁਲ ਜੀ 2.5 ਸਾਲ ਦਾ ਕਾਰਜਭਾਰ ਹੋ ਚੁੱਕਾ ਹੈਗਾ ਵਾ ਕਾਂਗਰਸ ਪਾਰਟੀ ਦਾ ਵੱਡਾ ਇਲਜ਼ਾਮ ਇੱਥੇ ਲੱਗਾ ਵਾ ਹਰਦੋ ਰਤਨ ਪਿੰਡ ਦੇ ਵਿੱਚ ਜੇ ਆਪਾਂ ਪਿੱਛੇ ਗੱਲ ਕਰਦੇ ਹਾਂ ਵੇਖ ਸਕਦੇ ਹਾਂ ਕਿ ਬਿਲਕੁਲ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਇਹ ਪਿੰਡ ਹੈਗਾ ਹਰਦੋ ਰਤਨ ਜਿੱਥੇ ਬੀਬੀਆਂ ਨੇ ਤੇ ਵੀਰਾਂ ਨੇ ਵੀ ਤੇ ਨੌਜਵਾਨੀ ਨੇ ਇਹ ਗੱਲ ਦੱਸੀ ਹੈਗੀ ਕਿ ਇਹਨਾਂ ਪਿੰਡਾਂ ਦੇ ਵਿੱਚ ਨਸ਼ੇ ਦਾ ਬਹੁਤ ਬੋਲਬਾਲਾ ਵਾ ਪ੍ਰਸ਼ਾਸਨ ਆਉਂਦਾ ਨੀਗਾ ਕਿਤੇ ਨਾ ਕਿਤੇ ਇਹ ਇਲਾਕੇ ਦੇ ਵਿੱਚ ਪੂਰੇ ਨਸ਼ੇ ਦੀ ਵਿਕਰੀ ਜ਼ੋਰਾਂ 'ਤੇ ਹੋ ਰਹੀ ਆ ਲੱਕ ਤੋੜਨ ਦੀਆਂ ਸਵਾਂ ਜ਼ਰੂਰ ਖਾਧੀਆਂ ਜਾਂਦੀਆਂ ਪਰ ਸ਼ਾਇਦ ਅੱਜ ਫਿਰ ਉਹਨਾਂ ਪਿੰਡਾਂ ਦਾ ਆਣ ਕੇ ਹਾਲ ਚਾਲ ਨਹੀਂ ਪੁੱਛਿਆ ਜਾਂਦਾ ਪ੍ਰਸ਼ਾਸਨ 'ਤੇ ਖਫਾ ਵਾ ਵੀਰ ਕਿ ਪ੍ਰਸ਼ਾਸਨ ਵੀ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਿਹਾ ਕਿਤੇ ਨਾ ਕਿਤੇ ਗੇੜੀ ਲਾ ਕੇ ਚਲੇ ਜਾਂਦੇ ਆ ਪਰ ਨਸ਼ਾ ਜਿਹੜਾ ਬਰਕਰਾਰ ਇਹਨਾਂ ਪਿੰਡਾਂ 'ਚ ਚੱਲ ਰਿਹਾ। ਹਰਦੋ ਰਤਨ ਜਿਹੜਾ ਪਿੰਡ ਹੈਗਾ ਵਾ ਬਿਲਕੁਲ ਭਾਰਤ ਅਤੇ ਪਾਕਿਸਤਾਨ ਦੇ ਬਾਰਡਰ 'ਤੇ ਸਥਿਤ ਆ ਉਸ ਪਿੰਡ ਦੇ ਵਿੱਚ ਨਿਵਾਸੀਆਂ ਨਾਲ ਗੱਲਬਾਤ ਕੀਤੀ ਸੀ ਹੁਣ ਸਾਡੇ ਨਾਲ ਨੌਜਵਾਨ ਪੀੜ੍ਹੀ ਵੀ ਇਸ ਟਾਈਮ ਖੜ੍ਹੀ ਹੈਗੀ ਹੈ ਨੌਜਵਾਨ ਪੀੜ੍ਹੀ ਨਾਲ ਗੱਲਬਾਤ ਕਰਦੇ ਹਾਂ ਕੀ ਸ਼ੁਭਨਾਮ ਵੀਰ ਜੀ ਤੁਹਾਡਾ? ਸੁਖਪ੍ਰੀਤ ਸਿੰਘ। ਸੁਖਪ੍ਰੀਤ ਜੀ ਕਿਹੜੀ ਜਗ੍ਹਾ ਦਾ ਤੁਸੀਂ ਕਿਹੜਾ ਪਿੰਡ? ਮੇਰਾ ਪਿੰਡ ਲੋਹਰੀਮਾਲ। ਇੱਥੋਂ ਕਿੰਨੀ ਦੂਰ ਹੈਗਾ ਵਾ? 10 ਕਿਲੋਮੀਟਰ ਦੂਰ ਹੈ। ਬਾਰਡਰ 'ਤੇ ਹੀ ਆ ਜਾਂ ਬਾਰਡਰ ਤੋਂ ਦੂਰ ਹੈਗਾ? ਬਾਰਡਰ ਤੋਂ ਦੂਰ ਹੀ ਆ, 10 ਕਿਲੋਮੀਟਰ ਹੈ ਇੱਥੋਂ। ਹਾਂਜੀ ਆਪਾਂ ਇਸ ਟਾਈਮ ਜਿਹੜੇ ਪਿੰਡ 'ਚ ਖੜ੍ਹੇ ਹਾਂ ਇੱਥੇ ਇੱਕ ਵੱਡਾ ਮੁੱਦਾ ਚੁੱਕਿਆ ਗਿਆ ਕਿ ਇਸ ਪਿੰਡ ਦੇ ਵਿੱਚ ਨਸ਼ਾ ਬਹੁਤ ਵੱਡੀ ਪੱਧਰ 'ਤੇ ਵਿਕ ਰਿਹਾ ਵਾ। ਨਸ਼ਾ ਵਿਕਣ ਦੇ ਕੀ ਕਾਰਨ ਹੁੰਦੇ ਆ? ਸਰਕਾਰਾਂ ਆਉਂਦੀਆਂ ਜਾਂਦੀਆਂ ਵਾ, 10 ਸਾਲ ਦਾ ਅਕਾਲੀ ਦਲ ਦਾ ਕਾਰਜਭਾਰ ਰਿਹਾ, ਉਸ ਤੋਂ ਬਾਅਦ ਕਾਂਗਰਸ ਨੇ ਕਿਹਾ ਕਿ ਨਸ਼ੇ ਦਾ ਲੱਕ ਤੋੜ ਦਾਂਗੇ, ਨਸ਼ਾ ਖਤਮ ਕਰ ਦਾਂਗੇ, ਸੌਵੇਂ ਖਾਧੀਆਂ ਗਈਆਂ, ਕਿਉਂ ਲੱਗਦਾ ਫਿਰ ਵੀ ਜਵਾਨੀ ਬਰਬਾਦ ਹੋ ਰਹੀ ਹੈ? ਸਰ ਜਿਹੜਾ ਮੈਨੂੰ ਜਿੱਥੋਂ ਤੱਕ ਮੈਨੂੰ ਲੱਗਦਾ ਵਾ ਇਹ ਸਭ ਤੋਂ ਮੇਨ ਮੁੱਦਾ ਹੈਗਾ ਵਾ ਬੇਰੁਜ਼ਗਾਰੀ ਦਾ। ਬੇਰੁਜ਼ਗਾਰੀ ਦੇ ਚੱਕਰ 'ਚ ਹੀ ਜਿਹੜਾ ਆਪਣਾ ਯੂਥ ਆ ਉਹ ਨਸ਼ਾ ਵੇਚਣ ਨਾਲ ਲੱਗ ਪੈਂਦਾ, ਨਸ਼ਾ ਵੇਚਦਿਆਂ ਵੇਚਦਿਆਂ ਉਹ ਨਸ਼ਾ ਕਰਨ ਲੱਗ ਪੈਂਦਾ, ਨਸ਼ਾ ਕਰਦਿਆਂ ਕਰਦਿਆਂ ਫਿਰ ਦਲਦਲ 'ਚ ਇੰਨਾ ਕੁ ਜ਼ਿਆਦਾ ਫਸ ਜਾਂਦਾ ਵੀ ਨਿਕਲਣਾ ਬੜਾ ਮੁਸ਼ਕਲ ਆ। ਪਰ ਜੇ ਸਰਕਾਰਾਂ ਚਾਹੁਣ ਤਾਂ ਕੁਝ ਵੀ ਕਰ ਸਕਦੀ ਹੈ, ਜੇ ਆਪਣਾ ਬੇਰੁਜ਼ਗਾਰੀ ਦਾ ਮੁੱਦਾ ਜਿਹੜਾ ਵਾ ਉਹ ਠੀਕ ਹੋ ਜਾਵੇ ਅਤੇ ਆਪਣਾ ਨਸ਼ਾ ਵੀ
ਸਰ ਜਿਹੜਾ ਵਿਹਲਾ ਦਿਮਾਗ ਹੀ ਖਰਾਬ ਕਰਦਾ। ਕਿਵੇਂ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ 2.5 ਸਾਲ ਦਾ ਕਾਰਜਕਾਲ ਕਾਂਗਰਸ ਦਾ ਵੀ ਹੋ ਚੁੱਕਾ, ਕਿਤੇ ਨਾ ਕਿਤੇ ਦਗਮਜੇ ਜ਼ਰੂਰ ਮਾਰੇ ਜਾਂਦੇ ਆ ਕਿ ਨਸ਼ਾ ਖਤਮ ਕੀਤਾ ਜਾਊਗਾ, ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਰੁਜ਼ਗਾਰ ਦੇਣ ਦੀ ਬਜਾਏ ਇਸ ਟਾਈਮ ਨੌਜਵਾਨ ਸਾਡਾ ਜਿਹੜਾ ਹੈਗਾ ਬਾਹਰ ਨੂੰ ਕੂਚ ਕਰ ਰਿਹਾ, ਕਿਤੇ ਨਾ ਕਿਤੇ ਬਾਕੀ ਦਲਦਲ 'ਚ ਨਸ਼ੇ ਦੀ ਜਾ। ਸਰ ਜੇ ਤਾਂ ਗੱਲ ਕਰੀਏ ਕਾਂਗਰਸ ਸਰਕਾਰ ਦੀ, ਤਾਂ ਸਰਕਾਰ ਦਾ ਅਜੇ ਤੱਕ ਤਾਂ ਕੁਝ ਦੇਖਣ ਨੂੰ ਮਿਲਿਆ ਨਹੀਂ, ਠੀਕ ਹੈ ਜੀ। ਜੋ ਉਹਨਾਂ ਨੇ ਚੋਣ ਮੈਨੀਫੈਸਟੋ ਵਿੱਚ ਕਿਹਾ, ਅਜੇ ਤੱਕ ਤਾਂ ਕੁਝ ਵੀ ਨਹੀਂ ਦੇਖਣ ਨੂੰ ਮਿਲਿਆ। ਕਿਉਂ ਉਹਨਾਂ ਨੇ ਨਸ਼ੇ ਬਾਰੇ ਕਿਹਾ, ਕੋਈ ਨਹੀਂ ਮੈਨੂੰ ਦਿਖਿਆ ਕਿ ਕੀਤਾ ਹੋਏਗਾ ਕੁਝ ਵੀ, ਕੁਝ ਨਹੀਂ ਸਰ ਲੱਗਦਾ। ਕਿਸਾਨੀ ਅਤੇ ਜਵਾਨੀ ਤੁਹਾਨੂੰ ਕੀ ਲੱਗਦਾ, ਕਿਸਾਨੀ ਅਤੇ ਜਵਾਨੀ ਬਰਬਾਦ ਹੋ ਰਹੀ ਆ? ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ, ਕੋਈ ਗੱਲ ਨਹੀਂ, ਕਿਸਾਨੀ ਦਾ ਕਿਵੇਂ ਲੈਂਦੇ ਤੁਸੀਂ? ਦੋਵੇਂ ਚੀਜ਼ਾਂ ਮੇਨ ਰੀੜ ਦੀ ਹੱਡੀ ਹੈਗੀ ਆ ਇਸ ਟਾਈਮ, ਕਿਸਾਨੀ ਅਤੇ ਦੂਜੇ ਪਾਸੇ ਜਵਾਨੀ, ਸਾਡਾ ਆਉਣ ਵਾਲਾ ਭਵਿੱਖ ਹੁੰਦਾ ਵਾ, ਅਤੇ ਜਦੋਂ ਨਸ਼ੇ ਦੀ ਦਲਦਲ 'ਚ ਫਸ ਜਾਵਾਂਗੇ ਤੁਹਾਨੂੰ ਲੱਗਦਾ ਕਿ ਆਉਣ ਵਾਲਾ ਭਵਿੱਖ ਧੁੰਦਲਾ ਹੋ ਜੂਗਾ? ਹਾਂਜੀ ਹਾਂਜੀ। ਤੁਸੀਂ ਸਹਿਮਤ ਇਹਨਾਂ ਗੱਲਾਂ ਨਾਲ? ਇਹਨਾਂ ਪਿੰਡਾਂ ਦੇ ਸਹਿਮਤ ਹੋ ਕਿ ਨਸ਼ਾ ਵਿਕਦਾ ਇਹਨਾਂ ਪਿੰਡਾਂ ਦੇ ਵਿੱਚ? ਹਾਂਜੀ, ਇਹ ਵਿਖਣ ਦਾ ਨਹੀਂ ਜੀ ਪਤਾ ਹੁਣ ਵਿਖਦਾ। ਤੁਸੀਂ ਕਿਹੜੇ ਇਸੇ ਪਿੰਡ ਤੋਂ ਬਾਹਰੋਂ? ਨਹੀਂ, ਬਾਹਰੋਂ ਆਪਾਂ। ਆਪਣਾ ਸ਼ੁਭ ਨਾਮ ਵੀਰ ਜੀ? ਰਮਨ ਕੁਮਾਰ। ਰਮਨ ਜੀ, ਹਰਦੋ ਰਤਨ ਪਿੰਡ ਦੇ ਵਿੱਚ ਇੱਕ ਬੜਾ ਵੱਡਾ ਮੁੱਦਾ ਇਸ ਟਾਈਮ ਚੱਕਿਆ ਗਿਆ ਕਿ ਬੀਬੀਆਂ ਨੇ ਆਣ ਕੇ ਦੁਹਾਈ ਪਾਈ ਆ ਕਿ ਸਾਡੇ ਤੇ ਨੌਜਵਾਨ ਜਿਹੜੇ ਹੈਗੇ ਆ, ਸਾਡੇ ਪੁੱਤ ਪੋਤਰੇ ਜਿਹੜੇ ਨਸ਼ੇ ਨੇ ਖਾ ਲਿਆ, ਨਸ਼ੇ ਦਲਦਲ 'ਚ ਆ। ਤੁਸੀਂ ਹਰਦੋ ਰਤਨ ਦੇ ਵਿੱਚ ਹੀ ਇਸ ਟਾਈਮ ਸਥਿਤ ਹੈਗੇ ਜੇ, ਆਪਣੀ ਦੁਕਾਨ ਕਰਦੇ ਜੇ, ਕੀ ਲੱਗਦਾ ਤੁਹਾਨੂੰ ਇਸ ਪਿੰਡ ਦੀਆਂ ਇਹ ਸਥਿਤੀਆਂ ਜਿਹੜੀਆਂ ਹੈਗੀਆਂ ਵਾ, ਇਹ ਕਿੰਨਾ ਦੀ ਦੇਣ ਆ? ਦੇਣ ਤਾਂ ਲੋਕਾਂ ਦੀ ਆ ਕਿ ਲੋਕ ਹੀ ਕੁਝ ਵੇਚਦੇ ਆ ਅਤੇ ਕੁਝ ਪੀਂਦੇ ਆ ਅਤੇ ਕੁਝ ਕਰਦੇ ਆ, ਕੋਈ ਬਾਹਰੋਂ ਲੈ ਕੇ ਆਉਂਦਾ, ਕੋਈ ਇੱਥੋਂ ਲੈ ਕੇ ਵੇਚਦਾ ਵਾ, ਬਾਕੀ ਇਹ ਸਿਲਸਿਲਾ ਚੱਲਦਾ ਰਹਿੰਦਾ। ਇਹਨਾਂ ਪਿੰਡਾਂ ਦੇ ਵਿੱਚ ਬਿਲਕੁਲ ਜੇ ਆਪਾਂ ਦੂਜੇ ਪਾਸੇ ਗੱਲ ਕਰਦੇ ਹਾਂ ਤਾਂ ਭਾਰਤ ਅਤੇ ਪਾਕਿਸਤਾਨ ਦੇ ਸਰਹੱਦ 'ਤੇ ਬੈਠੇ ਹੈਗੇ ਹਾਂ, ਜੇ ਇੱਥੋਂ ਦੀ ਗੱਲ ਕਰਦੇ ਹਾਂ ਤਾਂ ਕੇਵਲ ਖੁਦ ਕਦਮ ਦੇ ਉੱਤੇ ਤੁਹਾਡੇ ਤੁਸੀਂ ਬਣੀ ਹੈਗੀ ਆ, ਜਿੱਥੋਂ ਕਿ ਪਾਰ ਜਾ ਕੇ ਆਪਾਂ ਗੱਲ ਕਰਦੇ ਹਾਂ ਟ੍ਰੇਨ ਹੈ ਜਿਹੜੀ, ਜਿੱਥੋਂ ਪਾਰ ਬਿਲਕੁਲ ਪਾਕਿਸਤਾਨ ਹੈਗਾ ਵਾ, ਕਿਤੇ ਨਾ ਕਿਤੇ ਜਦੋਂ ਫੜੀਆਂ ਜਾਂਦੀਆਂ ਚੀਜ਼ਾਂ ਤਾਂ ਉਦੋਂ ਸਾਡਾ ਨਾਮ ਲਾ ਦਿੱਤਾ ਜਾਂਦਾ ਕਿ ਇਹ ਪਾਕਿਸਤਾਨ ਤੋਂ ਆਇਆ। ਤੁਹਾਨੂੰ ਲੱਗਦਾ ਕਿ ਕੋਈ ਨਾ ਕੋਈ ਇਹੋ ਜਿਹੀਆਂ ਗੱਲਾਂ ਬਾਤਾਂ ਇੱਥੇ ਹੈਗੀਆਂ ਵਾ ਜੋ ਉੱਧਰੋਂ ਵਿਕਦਾ ਵਾ ਜਾਂ ਹੋਰ ਪਾਸਿਓਂ ਆਉਂਦਾ ਹੈ? ਨਹੀਂ ਨਹੀਂ, ਇੱਧਰ ਇਸ ਜਾਂ ਕੋਈ ਇਹੋ ਜਿਹਾ ਕੋਈ ਨਹੀਂ ਹੋਇਆ ਕੰਮ ਕਿ ਜਿਹੜਾ ਇੱਧਰੋਂ ਬਾਰਡਰ ਕ੍ਰੋਸ ਕਰਕੇ ਕੋਈ ਮਾਲ ਆਵੇ ਜਾਂ ਉੱਧਰ ਜਾਵੇ, ਇੱਧਰ ਕੁਛ ਨਹੀਂ ਹੈ, ਇਹ ਗੱਲਾਂ ਹੀ ਆ। ਬਾਕੀ ਇਹ ਇਸ ਤੋਂ ਦੂਸਰੀ ਸਾਈਡਾਂ 'ਤੇ ਜੇ ਕੋਈ ਰਾਜਾ ਤਾਲ, ਨਸ਼ਹਿਰਾ ਢਾਲਾ, ਕੋਈ ਗੰਡੀ ਪਿੰਡ ਇਹਨਾਂ ਵਾਲੀ ਸਾਈਡ 'ਤੇ ਉੱਥੋਂ ਆ ਜਾਂਦਾ ਵਾ, ਉੱਧਰ ਸ਼ਾਇਦ ਕਈ ਵਾਰੀ ਵਾਰਦਾਤਾਂ ਇਹੋ ਜਿਹੀਆਂ ਹੋਈਆਂ ਵਾ। ਬਾਕੀ ਇਹ ਏਰੀਆ ਜਿਹੜਾ ਇੰਨਾ ਸੇਫ ਹੈਗਾ ਵਾ ਕਿ ਇੱਧਰ ਕੋਈ ਸਮਗਲਿੰਗ ਨਹੀਂ ਹੈਗੀ। ਪ੍ਰਸ਼ਾਸਨ 'ਤੇ ਬੜੇ ਵੱਡੇ ਸਵਾਲ ਚੁੱਕੇ ਆ ਇੱਥੋਂ ਦੇ, ਕਿਉਂਕਿ ਸਰਪੰਚ ਸਾਹਿਬ ਨਾਲ ਵੀ ਗੱਲ ਕੀਤੀ ਸੀ, ਉਹਨਾਂ ਵੀ ਦੱਸਿਆ ਕਿ ਕਿਤੇ ਨਾ ਕਿਤੇ ਊਣ ਤਾਈਆਂ ਹੈਗੀਆਂ ਵਾ, ਬੀਬੀਆਂ ਨੇ ਦੁਹਾਈ ਪਾਈ ਆ ਪਿੰਡ ਦੇ ਵਿੱਚੋਂ ਕਿ ਇੱਥੇ ਇੰਨਾ ਨਸ਼ਾ ਵਿਕ ਰਿਹਾ ਹੈਗਾ ਵਾ, ਨੌਜਵਾਨ ਪੀੜ੍ਹੀ ਨਾਲ ਗੱਲਬਾਤ ਕੀਤੀ ਸੀ। ਤੁਹਾਨੂੰ ਕੀ ਲੱਗਦਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਅਤੇ ਜਵਾਨੀ ਜਿਹੜਾ ਬਰਬਾਦ ਕੀਤਾ ਜਾ ਰਿਹਾ, ਸਰਕਾਰਾਂ ਦੇ ਦੇਣਾ ਕਿੱਦਾਂ ਠੱਲ ਪੈ ਸਕਦੀ ਆ? ਇਹ ਤਾਂ ਸਰਕਾਰ ਚਾਹੇ ਤਾਂ ਫਿਰ ਹੀ ਠੱਲ ਪੈ ਸਕਦੀ ਹੈ। ਬਾਕੀ ਉਹ ਜੋ ਬੀਬੀਆਂ ਇੱਥੇ ਗੱਲ ਕਰਦੀਆਂ ਪਈਆਂ ਸੀ, ਉਹਨਾਂ ਦੇ ਖੁਦ ਉਹਨਾਂ ਦੇ ਬੱਚੇ ਜਿਹੜੇ ਦੋ ਦੋ ਤਿੰਨ ਤਿੰਨ ਬੱਚੇ ਇੱਕ ਪਾਰ ਘਰ ਦੇ ਵਿੱਚ ਸਾਰੇ ਉਹ ਸਮੈਕ ਪੀਂਦੇ ਆ, ਕੋਈ ਨਸ਼ਾ ਵੇਚਦਾ, ਕੋਈ ਕਰਦਾ ਵਾ, ਉਹ ਤਾਂ ਜ਼ਿਆਦਾ ਦੁਖੀ ਹੈ ਕਿਉਂਕਿ ਉਹਨਾਂ ਦੇ ਇੱਥੇ ਕਈ ਮੁੰਡੇ ਇਸ ਤਰ੍ਹਾਂ ਨਸ਼ੇ ਨਾਲ ਮਰ ਵੀ ਚੁੱਕੇ ਆ। ਬਿਲਕੁਲ ਜੀ, ਇਹ ਦਰਦ ਸੀ ਉਹਨਾਂ ਬੀਬੀਆਂ ਦੇ ਵਿੱਚ ਜਿਨ੍ਹਾਂ ਨੇ ਹੰਢਾ ਚੁੱਕੀਆਂ ਵਾ ਅਤੇ ਹੰਢਾ ਰਹੀਆਂ ਪਿੰਡ ਦੇ ਉੱਤੇ ਸਰਕਾਰਾਂ ਨਾਲ ਰੋਸ ਵੀ ਛਾਣਿਆ ਹੈਗਾ। ਵੇਖਦੇ ਹਾਂ ਦੂਜੇ ਪਿੰਡਾਂ ਦੀ ਕੀ ਕਹਾਣੀ ਆ। ਹਰਦੋ ਰਤਨ 'ਚ ਇਸ ਟਾਈਮ ਹੈਗੇ ਆ, ਹਰਦੋ ਰਤਨ ਤੋਂ ਅੱਗੇ ਚੱਲਦੇ ਹਾਂ, ਬਿਲਕੁਲ ਬਾਰਡਰ 'ਤੇ ਪਿੰਡ ਆ, ਇਹਨਾਂ ਪਿੰਡਾਂ ਦੀ ਕਹਾਣੀ ਜਾਣਦੇ ਹਾਂ। ਹਰਦੋ ਰਤਨ ਤੋਂ ਬਾਜ ਧਨੋਆ ਖੁਰਦ ਵਿੱਚ ਪਹੁੰਚ ਚੁੱਕੇ ਹਾਂ ਇਸ ਟਾਈਮ ਦੇ ਉੱਤੇ। ਜੇ ਇਸ ਪਿੰਡ ਦੀ ਗੱਲ ਕਰੀਏ ਤਾਂ ਬਿਲਕੁਲ ਕੰਡਿਆਲੀ ਤਾਰ ਦੇ ਬਿਲਕੁਲ ਨਾਲ ਇਹ ਪਿੰਡ ਵੱਸ ਰਿਹਾ। ਆਪਾਂ ਵੇਖ ਸਕਦੇ ਹਾਂ ਕਿ ਇੱਥੋਂ ਕੇਵਲ ਅੱਧਾ ਕਿਲੋਮੀਟਰ ਤੋਂ ਵੀ ਥੋੜ੍ਹਾ ਪੈਂਡਾ ਹੈਗਾ ਵਾ ਜਿੱਥੇ ਕਿ ਕੰਡਿਆਲੀ ਤਾਰ ਲੱਗੀ ਆ। ਕੰਡਿਆਲੀ ਤਾਰ ਤੋਂ ਪਾਰਲੇ ਪਾਸੇ ਜਿਹੜਾ ਕਿ ਪਾਕਿਸਤਾਨ ਹੈਗਾ ਵਾ, ਇੱਧਰਲੇ ਪਾਸੇ ਜਿਹੜਾ ਕਿ ਭਾਰਤ ਦੀ ਜ਼ਮੀਨ ਦੇ ਵਿੱਚ ਇਸ ਟਾਈਮ ਖੜ੍ਹੇ ਹੈਗੇ ਹਾਂ। ਉਹਨਾਂ ਲੋਕਾਂ ਨਾਲ ਗੱਲਬਾਤ ਕੀਤੀ ਸੀ ਜਿਨ੍ਹਾਂ ਦੱਸਿਆ ਹੈਗਾ ਬੀਬੀਆਂ ਉੱਥੇ ਆਪਣੇ ਰੋਣੇ ਰੋਏ ਕਿ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਨਸ਼ੇ ਦਾ ਵਪਾਰ ਹੋ ਰਿਹਾ ਵਾ, ਕਿਤੇ ਨਾ ਕਿਤੇ ਸਰਕਾਰਾਂ ਫੇਲ ਆ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੀ ਸ਼ਾਇਦ ਕੁੰਭਕਰਨੀ ਨੀਂਦ ਸੁੱਤਾ ਹੈਗਾ ਵਾ, ਕਿਤੇ ਜਾਗ ਨਹੀਂ ਖੋਲ ਰਹੀ ਹੈਗੀ। ਇਹਨਾਂ ਪਿੰਡਾਂ ਦੀ ਆਪਾਂ ਗੱਲ ਕਰਾਂਗੇ ਕਿ ਇੱਥੋਂ ਵੀ ਕੁਛ ਕਿਸਾਨ ਵੀਰ ਸਾਡੇ ਨਾਲ ਹੈਗੇ ਆ, ਕੀ ਮੁਸ਼ਕਲਾਂ ਹੈਗੀਆਂ ਵਾ, ਕੀ ਲੱਗਦਾ ਤੁਸੀਂ ਜਦੋਂ ਇਹਨਾਂ ਪਿੰਡਾਂ 'ਤੇ ਵੱਸਦੇ ਹੋ? ਕਿਉਂਕਿ ਜੰਗਾਂ ਲੱਗਦੀਆਂ ਵਾ, ਇਹਨਾਂ ਪਿੰਡਾਂ ਨੂੰ ਉਜੜ ਕੇ ਦੂਜੇ ਪਾਸੇ ਜਾਣਾ ਪੈਂਦਾ ਵਾ ਜੇ ਨਸ਼ੇ ਦੀ ਗ੍ਰਿਫਤ ਦੇ ਵਿੱਚ। ਤਾਂ ਕਿਤੇ ਨਾ ਕਿਤੇ ਹਰਦੋ ਰਤਨ ਪਿੰਡ ਨੇ ਕਿਹਾ ਕਿ ਬਹੁਤ ਜ਼ਿਆਦਾ ਨਸ਼ਾ ਇਹਨਾਂ ਪਿੰਡਾਂ ਦੇ ਵਿੱਚ ਵਿਕ ਰਿਹਾ ਹੈਗਾ ਵਾ। ਆਪਾਂ ਵੀਰ ਸਾਡੇ ਨਾਲ ਪੁੱਛਦੇ ਹਾਂ, ਕੀ ਸ਼ੁਭ ਨਾਮ ਤੁਹਾਡਾ ਜੀ? ਮੇਰਾ ਨਾਮ ਜਜਵੀਰ ਸਿੰਘ। ਜਜਵੀਰ ਜੀ, ਕਿਹੜਾ ਪਿੰਡ ਤੁਹਾਡਾ? ਪਿੰਡ ਧਨੋਏ ਖੁਰਦ ਦੇ। ਇਹ ਜਿਹੜੀ ਜ਼ਮੀਨ ਹੈਗੀ ਧਨੋਏ ਖੁਰਦ ਦੀ ਆ? ਹਾਂਜੀ ਹਾਂਜੀ, ਧਨੋਏ ਖੁਰਦ ਦੀ। ਧਨੋਆ ਖੁਰਦ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈਗਾ ਵਾ। ਕਿਲੋਮੀਟਰ ਅੱਧਾ ਕਿਲੋਮੀਟਰ ਹੈ। ਤੁਹਾਡੀ ਤਾਰ ਤੋਂ ਪਾਰ ਵੀ ਪੈਲੀ ਹੈਗੀ ਆ ਜਾਂ ਤਾਰ ਤੋਂ ਗਾੜੀ ਵੀ?
ਵੋਟਾਂ ਤੇ ਕੋਈ ਇਹ ਕਹਿ ਨਹੀਂ ਸਕਦੇ ਵੀ ਕਿਹਨੂੰ ਜ਼ਿਆਦਾ ਪਵੇ। ਹਰਦੁਰਦਨ ਪਿੰਡ ਦੇ ਵਿੱਚ ਕੁਝ ਬੀਬੀਆਂ ਨਾਲ ਗੱਲਬਾਤ ਕੀਤੀ ਸੀ, ਕੁਝ ਉੱਥੇ ਵੀਰਾਂ ਨਾਲ ਗੱਲਬਾਤ ਕੀਤੀ, ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਵੀ ਉੱਥੇ ਮਿਲੇ ਸੀ ਸਾਨੂੰ, ਉਹਨਾਂ ਨੇ ਗੱਲਬਾਤ ਕੀਤੀ, ਤਾਂ ਪਰ ਬੀਬੀ ਨੇ ਇੱਕ ਵੱਡਾ ਰੋਣਾ ਰੋਇਆ ਕਿ ਇਸ ਇਹਨਾਂ ਪਿੰਡਾਂ 'ਚ ਨਸ਼ਾ ਬਹੁਤ ਵਿਕ ਰਿਹਾ। ਹਾਂ, ਨਸ਼ਾ ਬਹੁਤ ਜ਼ਿਆਦਾ ਹੈ, ਨਸ਼ਾ ਤਾਂ ਬਹੁਤ ਜ਼ਿਆਦਾ ਸਰ, ਇਹ ਆਮ ਵਿਕਦਾ ਨਸ਼ਾ ਤਾਂ ਸਾਡੇ ਇੱਥੇ ਨਵਾਂ ਖੁਰਦ 'ਚ ਵਿਕਦਾ। ਹਾਂਜੀ, ਨਵਾਂ ਖੁਰਦ ਵੀ ਵਿਕਦਾ, ਅਟਾਰੀ ਤੋਂ ਲਾਇਆ ਕਿਤੇ ਨਾ ਕਿਤੇ ਸਾਰੇ ਪਿੰਡਾਂ 'ਚ ਵਿਕਦਾ ਕਿ ਜਿੰਨੇ ਵੀ ਬਾਰਡਰ ਦੇ ਪਿੰਡ ਆ। ਹਾਂਜੀ, ਵਪਾਰ ਜਿਹੜਾ ਨਸ਼ੇ ਦਾ ਵਪਾਰ ਹੋ ਰਿਹਾ ਵਾ, ਇਹਨੂੰ ਠੱਲ ਕਿਉਂ ਨਹੀਂ ਪੈ ਰਹੀ? ਇਹ ਸਰਕਾਰ ਹੀ ਨਹੀਂ ਪਾਉਂਦੀ ਠੱਲ, ਇਹਨੂੰ ਸਰਕਾਰ ਪਾਊਗੀ ਤਾਂ ਪਵੇਗੀ, ਸਰਕਾਰ ਤਾਂ ਆਪ ਇਹ ਕੰਮ ਕਰਨ ਦੇ ਜੀ। ਸਰਕਾਰਾਂ ਇਹ ਕੰਮ ਕਰਾਉਂਦੀਆਂ, ਪ੍ਰਸ਼ਾਸਨ ਕਿੱਦਾਂ, ਪ੍ਰਸ਼ਾਸਨ ਤੁਹਾਡੇ ਪਿੰਡਾਂ 'ਚ ਨਹੀਂ ਪਹੁੰਚ ਕਰਦਾ? ਨਾ, ਪ੍ਰਸ਼ਾਸਨ ਕੋਈ ਨਹੀਂ ਇੱਥੇ ਪਹੁੰਚਦਾ। ਹਾਂਜੀ, ਸਾਡੇ ਇੱਥੇ ਕੋਈ ਨਹੀਂ ਮਤਲਬ ਨਹੀਂ ਪਹੁੰਚਦਾ, ਵੋਟਾਂ ਦੇ ਟਾਈਮ ਪਹੁੰਚਣਾ ਜਿੰਨੇ ਕਿਸੇ ਨੇ ਪਹੁੰਚਣਾ। ਅੱਜ ਕੱਲ੍ਹ ਤੁਹਾਡੇ ਕੋਲ ਆਉਂਦੇ ਆ, ਤੁਹਾਡੇ ਕੋਲ ਜਦੋਂ ਹੁਣ ਵੋਟਾਂ ਹੈਗੀਆਂ, ਵੋਟਾਂ ਦੇ ਨਾਲ ਚਾਹੁੰਦੇ, ਤੁਸੀਂ ਸਵਾਲ ਨਹੀਂ ਕਰਦੇ ਕਿ ਇੱਕ ਸਹੁੰਆਂ ਖਾਧੀਆਂ ਜਾਂਦੀਆਂ ਵਾ ਕਿ ਨਸ਼ਾ ਖਤਮ ਕਰ ਦਿੱਤਾ ਜਾਊਗਾ, ਪਰ ਧਨੋਆ ਖੁਰਦ ਦੀ ਗੱਲ ਕਰਦੇ ਹਾਂ, ਹਰਦੁਰਦਨ ਦੀ ਗੱਲ ਕਰਦੇ ਹਾਂ, ਇੱਥੇ ਬਹੁਤ ਭਾਰੀ ਤਾਦਾਦ ਵਿੱਚ ਨਸ਼ਾ ਵਿਕ ਰਿਹਾ। ਸਵਾਲ ਤਾਂ ਕਰਦੇ ਹਾਂ, ਜਦੋਂ ਉਹ ਆਉਂਦੇ ਉਹ ਕਹਿੰਦੇ ਵੀ ਅਸੀਂ ਇਹ ਕਰ ਦਾਂਗੇ, ਜੋ ਕਰ ਦਾਂਗੇ, ਬਾਅਦ 'ਚ ਫਿਰ ਕੋਈ ਨਹੀਂ ਕੁਝ ਕਰਦਾ, ਕੁਛ ਨਹੀਂ ਕਰਦਾ। ਹਾਂ, ਕੁਝ ਨਹੀਂ ਕਰਦਾ, ਸਰਕਾਰਾਂ ਫੇਲ ਆ ਤਾਂ ਇੱਕ ਪਾਕਾ ਮਾ ਸਕਦੇ। ਹਾਂਜੀ, ਸਰਕਾਰਾਂ ਫੇਲ, ਕੋਈ ਵੀ ਸਰਕਾਰ ਬਣ ਜੇ ਸਭ ਫੇਲ ਨੇ, ਇਹ ਉੱਦਾਂ ਹੀ ਵਿਕੂਗਾ ਨਸ਼ਾ, ਇਹ ਬਸ ਵਿਕੂ ਵਿਕੀ ਜਾਂਦਾ। ਅੱਗੇ ਬਾਦਲ ਦੀ ਸਰਕਾਰ 'ਚ ਥੋੜ੍ਹਾ ਜਿਹਾ ਘੱਟ ਹੀ, ਹੁਣ ਕਾਂਗਰਸ ਦੀ ਇਹਦੀ ਕੈਪਟਨ ਦੀ ਸਰਕਾਰ, ਇਸ 'ਤੇ ਉਦੋਂ ਵੀ ਜ਼ਿਆਦਾ ਹੋ ਗਿਆ। ਇਹ 'ਚ ਮੰਨਦੇ ਹਾਂ ਤੁਸੀਂ ਕਿ 'ਚ ਵੱਧ ਹੋ ਚੁੱਕਾ ਨਸ਼ਾ? ਹਾਂਜੀ, ਵੱਧ ਹੋ ਚੁੱਕਾ। ਫਿਰ ਆਪਣਾ ਨਾਮ ਦੱਸੋ, ਸ਼ੁਭ ਨਾਮ। ਨਾਮ ਜਜਵੀਰ ਸਿੰਘ ਜੀ। ਜਜਵੀਰ ਸਿੰਘ, ਜਜਵੀਰ ਜਿਹੜੇ ਕਿ ਧਨੋਆ ਖੁਰਦ ਦੇ ਵਸਨੀਕ ਹੈਗੇ ਆ, ਆਪਣੀ ਖੇਤਾਂ ਦੇ ਵਿੱਚ ਇਸ ਟਾਈਮ ਦੇ ਉੱਤੇ ਵੇਖ ਸਕਦੇ ਹਾਂ ਕਿ ਕੰਮ ਕਾਰ ਕਰ ਰਹੇ ਆ, ਅਤੇ ਇੱਕ ਸ਼ਿਕਵਾ ਫਿਰ ਉਸਾਂ ਸਰਕਾਰਾਂ ਤੋਂ ਕਿ ਕਿਤੇ ਨਾ ਕਿਤੇ ਭਾਵੇਂ ਅਕਾਲੀ ਦਲ ਦਾ ਰਾਜ ਸੀ, ਭਾਵੇਂ ਕਾਂਗਰਸ ਦਾ ਰਾਜ ਹੈਗਾ ਵਾ, ਇਹ ਜਿਹੜੇ ਬਾਰਡਰ ਦੇ ਪਿੰਡ ਬੈਠੇ ਹੈਗੇ ਆ, ਬਹੁਤ ਜ਼ਿਆਦਾ ਨਸ਼ੇ ਦੀ ਸਮਗਲਿੰਗ ਹੋਣ ਡਈ ਆ। ਇਹ ਸਮਗਲਿੰਗ ਦਾ ਦੋਸ਼ੀ ਕਿਹਨੂੰ ਮੰਨਦੇ ਆ ਤੁਸੀਂ? ਜਦੋਂ ਫੜੀਆਂ ਜਾਂਦੀਆਂ ਖੇਪਾਂ ਅਤੇ ਉਦੋਂ ਪਾਕਿਸਤਾਨ ਦੀ ਗੱਲ ਕੀਤੀ ਜਾਂਦੀ ਕਿ ਉੱਧਰੋਂ ਆ ਗਿਆ ਹੈਗਾ ਵਾ, ਤੁਹਾਨੂੰ ਕੀ ਲੱਗਦਾ ਕਿ ਇਹਨਾਂ ਥਾਵਾਂ ਤੋਂ ਨਸ਼ਾ ਇੱਧਰ ਆ ਸਕਦਾ? ਨਹੀਂ, ਨਸ਼ਾ ਆ ਨਹੀਂ ਸਕਦਾ, ਇਹ ਨਸ਼ਾ ਮਤਲਬ ਜਿਹੜੇ ਆਪਣੇ ਮੰਤਰੀ ਲੋਕ ਹੈ ਨਾ, ਇਹੀ ਲਿਆਉਂਦਾ ਇਹਨੇ, ਨਸ਼ਾ ਉਸ ਤਰ੍ਹਾਂ ਆ ਨਹੀਂ ਸਕਦਾ, ਇਹ ਵਪਾਰ ਕਰਦਾ ਇਹਨੇ ਲੋਕ। ਬਾਰਡਰ ਤੋਂ ਨਸ਼ਾ ਨਹੀਂ ਕ੍ਰੋਸ ਹੁੰਦਾ? ਕ੍ਰੋਸ ਹੋ ਨਹੀਂ ਸਕਦਾ, ਉਹ ਆਪ ਕਰਾਉਂਦੇ ਨੇ, ਜੋ BSF ਵਾਲਿਆਂ ਨੂੰ ਉਹ ਨਹੀਂ, ਉਹ ਡੱਕਦੇ ਨਹੀਂ ਕਿਸੇ ਨੂੰ, ਉਹਨਾਂ ਨਾਲ ਇਹ ਰਲੇ ਹੁੰਦੇ ਆ। ਕੌਣ ਮਤਲਬ ਕੀ ਕਹਿ ਸਕਦੇ ਆ, ਪ੍ਰਸ਼ਾਸਨ ਅਤੇ BSF ਦੀ ਗੱਲ? ਪ੍ਰਸ਼ਾਸਨ ਨਹੀਂ, BSF ਜਿਹੜੇ ਬੜੇ ਬੜੇ ਅਫਸਰ ਆ, ਮਗਰ ਉਹੀ ਰਲੇ ਹੁੰਦੇ ਆ। ਹਾਂਜੀ, BSF ਨੇ ਉਹਨਾਂ ਨੂੰ ਤਾਂ ਥੋੜ੍ਹੇ ਬਹੁਤੇ ਪੈਸੇ ਦਿਓ ਤਾਂ ਚਲੋ, ਉਹਨਾਂ ਨੇ ਤਾਂ ਕੋਈ ਗੱਲ ਨਹੀਂ ਕਰਨੀ, ਇਹ ਸਰਕਾਰਾਂ ਹੀ ਕਰਾਉਣਗੀਆਂ ਪਿੱਛੇ, ਜਿਹੜੇ ਮੰਤਰੀ ਆ ਬੜੇ ਬੜੇ ਉਹਨਾਂ ਦਾ ਹੀ ਕੰਮ ਹੁੰਦੇ ਆ। ਹਾਂਜੀ, ਪ੍ਰਸ਼ਾਸਨ ਵੀ ਇੱਥੇ ਫੇਲ ਹੈਗਾ ਵਾ, ਕਿਤੇ ਨਾ ਕਿਤੇ ਸਰਕਾਰਾਂ ਵੀ ਫੇਲ ਹੈਗੀਆਂ। ਕਿਹੋ ਜਿਹੀਆਂ ਮੁਸ਼ਕਲਾਂ ਆਉਂਦੀਆਂ ਤੁਹਾਨੂੰ ਬਾਰਡਰ ਦੀਆਂ, ਹੋਰ ਕਿਹੋ ਜਿਹੀਆਂ ਮੁਸ਼ਕਲਾਂ ਹੁੰਦੀਆਂ ਵਾ ਜਿਹੜੀਆਂ ਸਾਹਮਣਾ ਕਰਨਾ ਪੈ ਰਿਹਾ? ਮੁਸ਼ਕਲਾਂ ਸਾਨੂੰ ਇਹ ਆਉਂਦੀਆਂ, ਜਦੋਂ ਇੱਥੇ ਲੜਾਈ ਦਾ ਮਾਹੌਲ ਬਣ ਜਾਂਦਾ ਹੈ, ਇਹ ਫਿਰ ਸਾਨੂੰ ਡੰਗਰ ਵੱਛਾ ਸਾਰਾ ਲੈ ਕੇ ਪਿਛਾਂ ਜਾਣਾ ਪੈਂਦਾ, ਪਿੱਛੇ ਲੈ ਕੇ ਜਾਣਾ ਪੈਂਦਾ। ਇੱਥੇ ਤੁਸੀਂ ਵੀ ਇਹ ਇਸ ਉਮਰ 'ਚ ਤੁਹਾਨੂੰ ਵੀ ਉੱਥੋਂ ਕੂਚ ਕਰਨਾ ਪਿਆ? ਹਾਂਜੀ, ਅਸੀਂ 2-3 ਵਾਰੀ ਉੱਠੇ ਜੀ ਇੱਥੋਂ, ਇੱਕ ਵਾਰੀ ਕਾਰਗਿਲ ਦੀ ਲੜਾਈ 'ਚ ਉੱਠੇ, ਅਤੇ ਇੱਕ ਵਾਰੀ ਆਹ ਹੁਣ ਥੋੜ੍ਹਾ ਜਿਹਾ ਟਾਈਮ ਹੋਇਆ, 2-3 ਸਾਲ ਹੋ ਗਏ, ਫਿਰ ਉੱਠੇ ਇੱਥੋਂ, ਪਿੰਡ ਠਾ ਦਿੱਤੇ। ਹਾਂਜੀ, ਇਹ ਜਿਹੜੀਆਂ ਮਤਲਬ ਕਿ ਮੁਸ਼ਕਲਾਂ ਵਾ, ਔਕੜਾਂ ਵਾ, ਇਹਦਾ ਸਾਹਮਣਾ ਤੁਹਾਨੂੰ ਕਰਨਾ ਪੈਂਦਾ ਵਾ, ਜੂਝਣਾ ਪੈਂਦਾ ਦੇ ਨਾਲ? ਹਾਂਜੀ ਹਾਂਜੀ, ਜੂਝਣਾ ਪੈਂਦਾ, ਬਹੁਤ ਮੁਸ਼ਕਲਾਂ ਇੱਥੇ ਆਉਂਦੀਆਂ, ਜਦੋਂ ਮਤਲਬ ਇੱਥੇ ਲੜਾਈ ਦਾ ਮਾਹੌਲ ਬਣ ਜਾਂਦਾ ਨਾ, ਉਦੋਂ ਬਹੁਤ ਜ਼ਿਆਦਾ ਮੁਸ਼ਕਲਾਂ ਸਾਨੂੰ। ਬਿਲਕੁਲ ਜੀ, ਮੁਸ਼ਕਲਾਂ ਦੇ ਦੌਰ ਦੇ ਵਿੱਚ ਗੁਜਰ ਰਹੇ ਪਿੰਡ, ਆਪਾਂ ਬਿਲਕੁਲ ਉਸ ਸਰਹੱਦ ਦੀ ਗੱਲ ਕਰਦੇ ਹੈਗੇ ਆ, ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦੀ ਗੱਲ ਕਰਦੇ ਹਾਂ ਕਿ ਉਸ ਜਗ੍ਹਾ 'ਤੇ ਖੜ੍ਹੇ ਹਾਂ, ਮੁਸ਼ਕਲਾਂ ਦੇ ਦੌਰ 'ਚੋਂ ਜੂਝਦੇ ਆ ਹਮੇਸ਼ਾ ਹੀ, ਪਰ ਇੱਕ ਵੱਡਾ ਸਵਾਲ ਲਿਆ ਚਿੰਨ੍ਹ ਵੀ ਖੜ੍ਹਾ ਕਰ ਦਿੱਤਾ ਕਿ ਕਿਤੇ ਨਾ ਕਿਤੇ ਸਰਕਾਰਾਂ ਫੇਲ ਆ। ਉਹ ਨਸ਼ਿਆਂ ਦੀ ਗੱਲ ਸੀ, ਭਾਵੇਂ ਅਕਾਲੀ ਦਲ ਦਾ ਰਾਜ ਸੀ, ਹੁਣ ਕਾਂਗਰਸ ਦਾ ਵੀ ਆ ਚੁੱਕਾ। ਵੀਰ ਜਜਵੀਰ ਸਿੰਘ ਦੱਸ ਰਿਹਾ ਹੈ ਕਿ ਇਹਨਾਂ ਪਿੰਡਾਂ ਦੇ ਵਿੱਚ ਨਸ਼ੇ ਦਾ ਰੁਝਾਨ ਜ਼ਿਆਦਾ ਹੋ ਚੁੱਕਾ ਵਾ, ਭਾਵੇਂ ਉਹ ਸਰਕਾਰ ਬਦਲ ਚੁੱਕੀ ਆ, ਕਸਮਾਂ ਖਾਧੀਆਂ ਜਾਂਦੀਆਂ, ਪਰ ਨਸ਼ੇ ਦਾ ਰੁਝਾਨ ਅੱਗੇ ਨਾਲੋਂ ਵੀ ਜ਼ਿਆਦਾ। ਧਨੋਆ ਖੁਰਦ ਜਿਹੜਾ ਕਿ ਬਿਲਕੁਲ ਬਾਰਡਰ 'ਤੇ ਹੈਗਾ ਵਾ, ਉਹਨਾਂ ਪਿੰਡ ਦੇ ਵਸਨੀਕਾਂ ਨਾਲ ਗੱਲਬਾਤ ਕਰ ਰਹੇ ਹੈਗੇ ਹਾਂ, ਸਾਡੇ ਨਾਲ ਹਰੀ ਸਿੰਘ ਜੀ ਹੈਗੇ ਆ। ਹਰੀ ਸਿੰਘ ਜੀ, ਤੁਸੀਂ ਵੀ ਧਨੋਆ ਪਿੰਡ ਦੇ ਵਸਨੀਕ ਆ? ਹਾਂਜੀ, ਵੀਰ ਨਾਲ ਗੱਲ ਕੀਤੀ ਜਜਵੀਰ ਨਾਲ, ਅਤੇ ਉਹਨਾਂ ਦੱਸਿਆ ਹੈਗਾ ਕਿ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ, ਲਗਭਗ 47 ਤੋਂ ਬਾਅਦ ਦੇ ਵਿੱਚ ਅਜੇ ਤੱਕ ਕਈ ਵਾਰੀਆਂ ਜੰਗਾਂ ਲੱਗਦੀਆਂ ਵਾ, ਅਤੇ ਤੁਹਾਨੂੰ ਇੱਥੋਂ ਵਾਪਸ ਜਾਣਾ ਪੈਂਦਾ, ਕੂਚ ਕਰਨਾ ਪੈਂਦਾ ਵਾ, ਹੋਰ ਕਿਹੋ ਜਿਹੀਆਂ ਮੁਸ਼ਕਲਾਂ ਹੈਗੀਆਂ ਵਾ ਇਹਨਾਂ ਪਿੰਡਾਂ ਦੀਆਂ? ਇਹੋ ਮੁਸ਼ਕਲਾਂ ਵੀ ਜਿਹੜੀਆਂ 47 ਤੋਂ ਜਾ ਕੇ ਛੱਡ ਕੇ 65 ਦਾ 71 ਦਾ, ਅਤੇ ਮਗਰੋਂ ਮੁੜ ਕੇ ਮੈਨ ਲੱਗੇ, ਜਦੋਂ ਵੀ ਕੋਈ ਮੁਸ਼ਕਲ ਆ ਜਾਂਦੀ ਆ ਅਤੇ ਨਾ ਸਾਡਾ ਮੁੜ ਕੇ ਕੋਈ ਇੱਥੇ ਪੁੱਛ ਗਿੱਛ ਨਹੀਂ ਹੈਗੀ, ਅਤੇ ਜਿਹੜੇ ਮਾਲ ਡੰਗਰ ਆ ਉਹਦਾ ਵੀ ਕੋਈ ਪਿੱਛੇ ਸਾਨੂੰ ਨਹੀਂ ਰਹਿਸ਼ ਹੈਗੀ ਵੀ ਜਿੱਥੇ ਲੈ ਕੇ ਜਾਏ ਮਾਲ ਡੰਗਰ ਬਹਿ ਜਾਈਏ।
हरदो रतन च आप कुछ निवासी मिले हरदो रतन के कुछ बीबिया मिली उन्होंने वड्डा रोना रोया कि हरदो रतन की गल करते हैं तुहाडे पिंड की गल करते हैं धनोवे की होर पिंड एक रोना रोया कि इतने नशा बहुत विक रहा नशे का बहुत ज़्यादा ये तो ज़्यादा भी नशे का नहीं कंट्रोल हो सकया क्यों जब तक सरकार नहीं कंट्रोल कर सकदियां जनता भी चलो ये तो मतलब आप कहने जनता का भी साथ देना जनता भी चाहिए जे कहीं फड़ के मुलाजम फड़ के खड़ता है तो उन्होंने उत्थे जाके छड़ दिंदा किहदी गलती है कौन छडाउंदा कौन उन्हां नाल छडाउंदा पैसे पर जो मंत्रियों ने गलबात करते हैं एम एल ए साहब गलबात करते हैं तो वो कहते कि नशे के गल नहीं करते जो कोई फड़िया जाता तो उन्होंने परचा दर्ज होना चाहिए थोड़ा तो लगता कि सब झूठिया गल् ये जी झूठिया गल् ये जे खाने वाले ने उन्होंने परचे दर्ज तो वेचने वाले मोजा लो हाँ जी उन्होंने छोड़ कि नशे का व्यापार इस पास हो रहा वा बॉडर के बिल्कुल पास तो ही बैठे है बॉडर के इलाके के पिंड है इतने इन्ना क्या भी जिन्ने का अं वेच नहीं सकते उ तकाला पिछे नहरों पिछले बन्ने है ना उत्थे जो मंडी लगी हुई है छे सत्त बैठे होंगे इतने तुहाडे इलाके दे फौज का भी पैरा हुंदा वा फौज इन्हां नशियां नूं नहीं रुकदी इहदा कुछ नहीं गल करदी प्रशासन पंजाब पुलिस जिवें मुस्तैद नहीं हैगी इस काम वास्ते हाँ पुलिस रोक पुलिस भी की करूगी कल्ली जो तो नहीं मतलब उत्तों जो मुलाजम छोटे पैसे लेके छड़ दें तो वड्डे कोई कुछ पुछना प्रशासन उहदा फेरा मारदा वा तुहाडे पिंडां दे विच नहीं इन्हें कम जो कोई जाके तलाह देता तो आता नहीं तो उन्होंने की लोड़ आँगी अगो पिछों नहीं नशा कि छुट सकता वा तो लगता नौजवान पीढ़ी गर्क हो रही है इस टाइम ये जी जितना अतवाद छड़ाया है ना अतवाद मतलब अतवाद कितना मुड़ के गया ये उस तरह सरकार ये बंद फट फट परचे नजायज दई जा नहीं छुट सकता कि जिन्हू तेन पता ही नहीं गा तू इत खलोता मेरे को तेन फट के आखन तू कि आया तेज नहीं फड़े जाता नजायज फट ले नजायज बंदे फड़े जाते जेलों के पता करो नजायज किन्ने जायज किन्ने बेचते है तो एको गिला है कि नहीं फड़े जाते बेचते हैं जो लगभग खरीद अपने बिल्कुल जी गिला इन्हों वीर ने भी यो गल किया हीरा सिंह ने कितना कितने फड़ ले जाते समगलर फड़ ले जाते जो नशा बेचते फड़ ले जाते पर प्रशासन वालों छड़ दिए जाते हैं तो जो एम एल ए साहब गलबात करते हैं जर उन्होंने गलबात करते तो कहते हैं कि असी नशे के व्यापारियों कभी भी फोन करके नहीं कहेंगे कि छड़ता जाए प्रशासन से भी कितना कितने कह रहे हैं कि प्रशासन अपनी बखूबी भूमिका नहीं निभा कितना कितने रंज हैगा वा धनोवा खुरद तो हरदो रतन के पिंड वासियों बिल्कुल बॉडर से पिंड आ भारत तो पाकिस्तान का बॉडर हैगा वा लास्ट में मैं तुम्हें पूछना चाहूँगा कि बिल्कुल तुम बॉडर से बैठे हैं जो नशा फड़िया जाता समगलिंग करते फड़े जाते हैं तो कितने कितने कहा जाता कि नशा जरा पारों आता वा तुम वेख्या कभी इस पास नशा आता अं जी ये नहीं अं फड़े का ही पता सूँ लगता फड़िया गया थोड़ी पैली इतने आ जा तो पार भी हैगी पैली साढ़े इतें ही आर भी है पार अं अपनी पैली हिस्से दे छे भाई कोई नशा माड़ा काम करके भजदा तो वह तो सानू ये साढ़ा ना नाल आदम अं पहली हिस्से देते उन्हें इतने ही अं बाई करी जाने पहली साड़ी नाल नाल भी उतारन आप धनोवा खुरद के होर भी वासियों गलबात करेंगे कि किवें नशा छड़िया जा सकता वा किवें नशे की समगलिंग दूर हो सकती आ प्रशासन बेखबर हैगा वा सरकार खामोश है वा कसम खादिया जा पर नशा तत्पर उस तरह ही दिख रहा धनोवा खुर से हरदो रतन के पिंड वासियों वालों एक इल्जाम जरूर लाया जा रहा है सरकार को कोसया जा रहा है कि कितना कितने नशे की समगलिंग बहुत हो रही है नशा बहुत विक रहा होर भी साढ़े किसान इतने है की शुभनाम जी थोड़ा मेरे नाम श्याम सिंह जी श्याम सिंह जी की लगता तो जवानी को बर्बाद किया जा रहा वा बीबिया इस टाइम के उत्ते अकाल चैनल के माध्यम ने आण के उन्हें दसिया हर घर के कह रहे कि नौबत इस टाइम नशे की जी गलतान कर चुकी है देखो जी साडिया सरकारां ने वादे किए दावे किए लोगों भी असी एक हफ्ते जिहड़ा नशा खत्म कर देंगे तो सानू तो ज्यादा एक हफ्ते छड़ के एक हफ्ते दे दिन गिन लो भी अठा साल भी नहीं कर सकते साल नशा खत्म क्यों नहीं हो सकता ये इन्हों की अपनी सारी मिली भुगत आ जो कुछ हैगा ना जो भी है इसलिए चलन दिया ये सरकार के सारे दारे नाल चलन दिया उस तरह लोग जिहड़ा ना भावें जो बंद करना चाहता कैप्टन साहब तो हफ्ता तो ज़्यादा सी दो चार दिन च सारा कंट्रोल उस होता लोग सभा इलैक्शन भी आ चुकी आ दो दिन केवल रह चुके 19 तरीक नूं इलैक्शन आ ये मुद्दे क्यों नहीं रखे जाते कि तुसीं साडे नाल इक वादे कीते सी नशा छड्डण दे नशा छडाउण दे नशा विकूगा नहीं पंजाब दे विच ठल पाती जाऊगी दूजे पासे नौजवानी नूं घर घर नौकरियां दी गल होई सी वेखो जी ठल पाउण दी वादे जिहड़े करन दी गल सी जिहड़े अहीं कहने इहनां नूं साडा जिहड़ा एम एल ए बणिया
ਹੈ 2.5 ਸਾਲ ਹੋ ਗਏ ਆ ਉਹਨਾਂ ਦਾ ਨਾਮ ਡੀਸੀ ਕਰਕੇ ਕਹਿੰਦੇ ਆ ਅਤੇ ਲਾ ਲਓ ਹਿਸਾਬ ਵੀ ਉਹ 2.5 ਸਾਲਾਂ ਬਾਅਦ ਲੋਕਾਂ ਨੂੰ ਲੋਕ ਸਭਾ ਦੇ ਇਲੈਕਸ਼ਨ ਦੇ ਵਾਸਤੇ ਹੀ ਆਏ ਆ ਕਿਸੇ ਦਾ ਧੰਨਵਾਦ ਕਰਨ ਵਾਸਤੇ ਵੀ ਨਹੀਂ ਆਏ ਅਤੇ ਲੋਕ ਜਿਹੜੇ ਸਾਨੂੰ ਕੋਈ ਮੁਸ਼ਕਲਾਂ ਦੱਸਣਗੇ ਉਹਨਾਂ ਬਾਰੇ ਕੋਈ ਗੱਲ ਨਾ ਕਰਨ ਕਰਜ਼ੇ ਮਾਫ਼ੀ ਦੀ ਵੱਡੀ ਗੱਲ ਕੀਤੀ ਸੀ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦੇਵਾਂਗੇ ਮਾਫ਼ ਹੋਇਆ ਤੁਹਾਡਾ ਕਰਜ਼ਾ ਸਾਡਾ ਇੱਥੇ ਕਿਸੇ ਦਾ ਨਹੀਂ ਕਰਜ਼ਾ ਮਾਫ਼ ਹੋਇਆ ਕਰਜ਼ਾ ਉਹਨਾਂ ਦੇ ਮਾਫ਼ ਕੀਤੇ ਆ ਜਿਹੜੇ ਕਿ 10-10, 20-20 ਹਜ਼ਾਰ ਰੁਪਈਆ ਵਾਲੇ ਸੁਸਾਇਟੀ ਦੇ ਬੰਦੇ ਸਰ ਜ਼ਿਆਦਾ ਕੋਈ ਉਹਨਾਂ ਦਾ ਵੀ ਲੱਖਾਂ ਦੀ ਗਿਣਤੀ ਕੀਤੀ ਜਾਂਦੀ ਹੈ ਕਹਿ ਰਹੇ ਕਿ ਲੱਖਾਂ ਦੇ ਹਿਸਾਬ ਨਾਲ ਕਰਜ਼ੇ ਲੱਖਾਂ ਦੇ ਭਾਵੇਂ ਹੁਣ ਸਰਕਾਰ ਭਾਵੇਂ ਕਰੋੜਾਂ ਨਾ ਕਹਿ ਦੇ ਜਿਹੜੇ ਲੋਕਾਂ ਨੇ ਕਹਿਣਾ ਗੱਲ ਤਾਂ ਉਹ ਹੋਣੀ ਆ ਸਰਕਾਰ ਤਾਂ ਭਾਵੇਂ ਆਉਂਦੇ ਵੀ ਅਸੀਂ ਇੰਨਾ ਕਰ ਦਿੱਤਾ ਉੰਨਾ ਕਰ ਦਿੱਤਾ ਅਸੀਂ ਸਾਡੇ ਜਿਹੜੇ ਇੱਥੇ ਹੋਏ ਨੇ ਨਾ 10-10, 20-20 ਹਜ਼ਾਰ ਵਾਲਿਆਂ ਦੇ ਹੀ ਹੋਏ ਆ ਕਿਸੇ ਦਾ ਵੱਡੇ ਖਾਤੇ ਵਾਲਿਆਂ ਕਿਸੇ ਦਾ ਨਹੀਂ ਜੇ ਤਾਂ ਹੋਇਆ ਨੌਕਰੀਆਂ ਕਿਵੇਂ ਪਿੰਡ ਦੇ ਵਿੱਚ ਕਿੰਨੇ ਕੁ ਬੇਰੁਜ਼ਗਾਰ ਹੈਗੇ ਅਤੇ ਕਿੰਨੇ ਕੁ ਨੂੰ 2.5 ਸਾਲਾਂ 'ਚ ਨੌਕਰੀਆਂ ਮਿਲ ਗਈਆਂ ਸਾਡੇ ਪਿੰਡ ਮੇਰੇ ਖਿਆਲ 'ਤੇ ਇੱਕ ਨੌਕਰੀ ਵੀ ਨਹੀਂ ਕਿਸੇ ਨੂੰ ਮਿਲੀ ਇੱਕ ਨੌਕਰੀ ਵੀ 2.5 ਸਾਲਾਂ 'ਚ ਪੈਨਸ਼ਨ ਵੱਧ ਗਈ ਲੋਕਾਂ ਦੀ ਪੈਨਸ਼ਨ ਕੋਈ ਪੈਨਸ਼ਨ ਨਹੀਂ ਕੋਈ ਸਗਨ ਸਕੀਮ ਨਹੀਂ ਕੋਈ ਵੀ ਜਿਹੜੀ ਆ ਉਹ ਵੀ ਨਹੀਂ ਜਿਹੜੀ ਕਣਕ ਲੋਕਾਂ ਨੂੰ ਦਿੰਦੇ ਸੀ ਉਹ ਵੀ ਤਕਰੀਬਨ ਇੱਕ ਵਾਰੀ ਕਿ 2 ਵਾਰਾਂ 2.5 ਸਾਲਾਂ 'ਚ ਮਿਲੀ ਸਗਨ ਸਕੀਮ ਕਿਹਾ ਸੀ ਕਿ ਅਸੀਂ ਵਧਾ ਕੇ 51 ਹਜ਼ਾਰ ਕਰ ਦਾਂਗੇ ਉਹ ਕੋਈ ਗੱਲ ਨਹੀਂ 51 ਛੱਡ ਕੇ ਮੈਨੂੰ ਜ਼ਿਆਦਾ ਜ਼ੀਰੋ ਕਰ ਦਿੱਤੀ ਹੈ ਨਾ ਬਿਲਕੁਲ ਜੀ ਜਿੰਨੀਆਂ ਕੁ ਮੰਗਾਂ ਗੱਲ ਕੀਤੀ ਸੀ ਆਪਾਂ ਕੋਈ ਵੀ ਮੰਗ ਪੂਰੀ ਨਹੀਂ ਹੈਗੀ ਵੀਰ ਜੀ ਤੁਸੀਂ ਇੱਕ ਵਾਰੀ ਇਧਰਲੇ ਪਾਸੇ ਆ ਜਾਓ ਮੇਰੇ ਨਾਲ ਦੁਬਾਰਾ ਤੁਸੀਂ ਇਹਨਾਂ ਦੇ ਗੱਲਾਂ ਸਹਿਮਤ ਹੈਗੇ ਆ ਕਿ ਕੋਈ ਵੀ ਗੱਲ ਅਜੇ ਤੱਕ ਸਰਕਾਰ ਨੇ ਪੂਰੀ ਨਹੀਂ ਕੀਤੀ ਕਰਜ਼ਾ ਮਾਫ਼ੀ ਦੀ ਗੱਲ ਆਪਾਂ ਪਹਿਲਾਂ ਕਰਦੇ ਹਾਂ ਕਰਜ਼ਾ ਮਾਫ਼ੀ ਹੋਈ ਨਹੀਂ ਜੀ ਕਿਸਾਨਾਂ ਦੀ ਇੰਨੀ ਜੋ 10-20 ਹਜ਼ਾਰ ਰੁਪਈਆ 50 ਹਜ਼ਾਰ ਤੱਕ ਇੱਥੋਂ ਤੱਕ ਹੋਈ ਆ ਜਿਹੜੇ ਜਾਣਿਆ ਵੀ ਕੋਈ ਵੀ ਨਹੀਂ ਇੱਥੇ ਹੋਈ ਜਿਹੜੀਆਂ ਪੈਨਸ਼ਨਾਂ ਸਨ ਸਾਡੀਆਂ ਆਪਣੀਆਂ ਲੱਗੀਆਂ ਬਜ਼ੁਰਗਾਂ ਦੀਆਂ ਸਾਡੀ 75 ਸਾਲ ਦੀ ਉਮਰ ਆ ਅਤੇ ਸਾਡੀਆਂ ਉਹ ਵੀ ਬੰਦ ਕੀਤੀਆਂ ਗਈਆਂ ਪੈਨਸ਼ਨ ਬੰਦ ਹੋ ਗਈ ਆ ਪਰ ਪੈਨਸ਼ਨ ਦਾ ਇੱਕ ਵਾਅਦਾ ਕੀਤਾ ਗਿਆ ਸੀ ਕਿ ਪੈਨਸ਼ਨ ਸ਼ਾਇਦ 500 ਵਧਾ ਕੇ 2 ਹਜ਼ਾਰ ਕਰ ਦਿੱਤੀ ਜਾਊਗੀ 2 ਹਜ਼ਾਰ ਪੈਨਸ਼ਨ ਨਹੀਂ 2 ਹਜ਼ਾਰ ਹੋਈ ਇਹਨੇ ਕਿਸੇ ਦਾ 5-6 ਬਹੁਤਿਆਂ ਦੀਆਂ ਬੰਦ ਹੋ ਗਈਆਂ ਅਤੇ ਥੋੜ੍ਹਿਆਂ ਨੂੰ 100-200 ਵਧਾ ਦਿੱਤਾ ਕਿੰਨੀਆਂ ਕੁ ਨੌਕਰੀਆਂ ਹਰਦੋ ਰਤਨ ਦੇ ਕਿੰਨੇ ਕੁ ਨਿਵਾਸੀ ਹੈਗੇ ਆ ਜਿਹਨਾਂ ਨੂੰ ਨੌਕਰੀਆਂ ਮਿਲੀਆਂ ਵਾ ਸਰਕਾਰ ਨੇ ਵੱਡਾ ਦਾਅਵਾ ਕੀਤਾ ਸੀ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ ਇੱਥੇ ਸਾਡੇ ਜਿਹੜੇ 3 ਪਿੰਡ ਨੇ ਨਾ 4 ਤੋਂ ਵੱਡਾ ਪਿੰਡ ਆ ਰਤਨ ਖੁਰਦ ਰਤਨ ਹਰ ਵੱਡਾ ਹਰ ਵੱਡੇ ਵੱਡੇ ਨੂੰ ਹਰਦੋ ਰਤਨ ਕਹਿੰਦੇ ਨਾ ਉਹ ਅਤੇ ਛੋਟੇ ਧਨੋਏ ਖੁਰਦ ਇਹਨਾਂ 3 ਪਿੰਡਾਂ 'ਚ ਨਹੀਂ ਕੋਈ ਨੌਕਰ ਵੇਖਿਆ ਹੁੰਦਾ ਕਿਸੇ ਨੂੰ ਨੌਕਰੀ ਨਾ ਕਰਜ਼ਾ ਮਾਫ਼ੀ ਹੋਈ ਨਾ ਕਿਸੇ ਨੂੰ ਨੌਕਰੀ ਮਿਲੀ ਅਤੇ ਗਲਤਾਨ ਹੋ ਚੁੱਕਾ ਇਸ ਟਾਈਮ ਦੇ ਉੱਤੇ ਨਸ਼ਿਆਂ ਦੇ ਵਿੱਚ ਨੌਜਵਾਨ ਨਸ਼ਿਆਂ ਦੀ ਠੱਲ ਕਿਵੇਂ ਪਾ ਸਕਦੇ ਹਾਂ ਜੇ ਸਹਿਯੋਗ ਸਰਕਾਰਾਂ ਦਾ ਕਿੰਨਾ ਕੁ ਚਾਹੀਦਾ ਵਾ ਅਤੇ ਲੋਕਾਂ ਦਾ ਸਹਿਯੋਗ ਕਿਹੋ ਜਿਹਾ ਚਾਹੀਦਾ ਵੇਖੋ ਜੀ ਲੋਕ ਜਿੰਨਾ ਮਰਜ਼ੀ ਸਹਿਯੋਗ ਦੇਣ ਜਿੰਨਾ ਚਿਰ ਸਰਕਾਰਾਂ ਨਹੀਂ ਨਾ ਨੱਥ ਪਾਉਂਦੀਆਂ ਠੱਲ ਨਹੀਂ ਪਾਉਂਦੀਆਂ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਮਹਿਕਮਾ ਹੈ ਉਹਨਾਂ 'ਤੇ ਪੂਰਾ ਕੰਟਰੋਲ ਨਹੀਂ ਕਰਦੀਆਂ ਵੀ ਜੇ ਬੰਦਾ ਫੜਿਆ ਜਾਂਦਾ ਹੈ ਉੱਤੇ ਉਹਦੇ 'ਚ ਪਰਚਾ ਹੋਵੇ ਜਿਹਦੇ 'ਚ ਮਿਲੀ ਭੁਗਤਣਾ ਸਾਰਾ ਕੁਝ ਚੱਲੀ ਜਾਂਦਾ ਪੁਲਿਸ ਜਿਹੜੀ ਉਹ ਪੈਸੇ ਲੈ ਲੈ ਬੰਦੇ ਛੱਡੀ ਜਾਂਦੇ ਸਾਡੇ 'ਤੇ ਵੇਖੀਦਾ ਉੱਥੇ 20-25 ਮੁੰਡੇ ਜਿਹੜੇ ਹੁੰਦੇ ਸਵੇਰੇ ਲਾਈਨ 'ਚ ਖਲੋਤੇ ਹੁੰਦੇ ਆ ਕੀ ਕਰਦੇ ਹੋ ਆਣ ਕੇ ਨਸ਼ਾ ਵੇਚਦੇ ਜਾਂ ਖਰੀਦ ਕੋਈ ਵੇਚਣ ਵਾਲਾ ਹੁੰਦਾ ਕੋਈ ਲੈਣ ਵਾਲੇ ਬਈ ਖਲੋਤੇ ਹੁੰਦੇ ਆ ਵੀ ਆਉਣਗੇ ਤਾਂ ਮਿਲੂਗਾ ਤੁਹਾਡੇ ਪਿੰਡਾਂ ਦੇ ਵਸਨੀਕ ਆ ਜਾਂ ਬਾਹਰੋਂ ਆਉਂਦੇ ਵੇਖੋ ਜੀ ਇਹ ਸਾਡੇ ਪਿੰਡਾਂ ਦੇ ਵਸਨੀਕ ਨੇ ਬਾਹਰੋਂ ਨਹੀਂ ਹੈਗੇ ਵੇਚਣ ਵਾਲੇ ਅਤੇ ਖਾਣ ਵਾਲੇ ਵੀ ਇੱਥੋਂ ਪਿੰਡਾਂ ਦੇ ਹੀ ਆ ਮੇਰੇ ਖਿਆਲ 2 ਪਿੰਡਾਂ ਦੇ ਘੱਟ ਤੋਂ ਘੱਟ 40 ਦੇ ਤਕਰੀਬਨ ਮੁੰਡੇ 50 ਦੇ ਹੋਣੇ ਆ ਜਿਹੜੇ ਇਹ ਚੀਜ਼ ਨੂੰ ਖਾਣ ਡਏ ਵੇਚਣ ਵਾਲੇ ਜਿਹੜੇ ਹੈਗੇ ਉਹ ਕਿੱਥੋਂ ਲੈ ਤੁਹਾਨੂੰ ਕੀ ਲੱਗਦਾ ਕਿੱਧਰੋਂ ਆ ਰਿਹਾ ਨਸ਼ਾ ਜੀ ਆਉਣਾ ਵੀ ਇੱਥੋਂ ਹੀ ਆ ਹੈ ਜਿਹੜੇ ਵੱਡੇ ਹੈਗੇ ਆ ਸਮਗਲਰ ਉਹ ਸਾਰਾ ਕੋਈ ਆਪਣੇ ਉਹਨਾਂ ਕਨੈਕਟ ਕੀਤੇ ਆ ਉਹ ਪਹੁੰਚਾ ਜਾਂਦੇ ਆ ਚਾਹੇ ਉਹਨਾਂ ਕੋਲੋਂ ਜਾ ਕੇ ਲੈ ਆਉਂਦੇ ਇਹ ਸੀ ਬਾਰਡਰ ਦੀ ਕਹਾਣੀ ਆਪਾਂ ਸੁਣ ਚੁੱਕੇ ਹਾਂ ਇਹਨਾਂ ਵੀਰਾਂ ਦੇ ਜ਼ਬਾਨੀ ਕਿ ਜਿਹੜਾ ਇਹਨਾਂ ਪਿੰਡਾਂ ਦੇ ਵਿੱਚ ਕਿੰਨਾ ਨਸ਼ੇ ਦੀ ਸਮਗਲਿੰਗ ਹੋ ਰਹੀ ਆ ਕਿਸਾਨ ਵੀਰ ਸੀ ਸਰਕਾਰਾਂ ਆਪਣੇ ਵਾਅਦੇ ਕਹਿੰਦੀਆਂ ਅਸੀਂ ਵਫਾ ਕੀਤੇ ਹੈਗੇ ਆ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਆ ਪਰ ਇਹ ਕਿਸਾਨ ਸਾਡੇ ਨਾਲ ਇਸ ਟਾਈਮ ਖੜੇ ਹੈਗੇ ਆ ਧਨੋਆ ਖੁਰਦੇ ਕੋਈ ਕਰਜ਼ਾ ਨਹੀਂ ਕਹਿ ਰਹੇ ਮਾਫ਼ ਹੋਇਆ ਸਗਨ ਸਕੀਮ ਨਹੀਂ ਕੋਈ ਮਿਲੀ ਕਹਿ ਰਿਹਾ ਕਿ ਜਿਹੜੀਆਂ ਪੈਨਸ਼ਨਾਂ ਸਾਡੀਆਂ ਲੱਗੀਆਂ ਸੀ ਉਹ ਵੀ ਕਿਤੇ ਨਾ ਕਿਤੇ ਬੰਦ ਹੋ ਚੁੱਕੀਆਂ ਹੈਗੀਆਂ ਵਾ ਦੂਜੇ ਪਾਸੇ ਵੋਟਾਂ ਵਾਸਤੇ ਇਸ ਟਾਈਮ ਫਿਰ ਇਹਨਾਂ ਪਿੰਡਾਂ ਦੇ ਵਿੱਚ ਪਹੁੰਚਿਆ ਜਾਂਦਾ ਹੈਗਾ ਵਾ ਇੱਕ ਉਹਨਾਂ ਨੇ ਤੰਜ ਕੱਸਿਆ ਹੈਗਾ ਵਾ ਆਪਣੇ MLA ਸਾਹਿਬਾਨ ਨੂੰ ਕਿ ਜਦੋਂ ਜਿੱਤ ਕੇ ਗਏ ਸੀ ਵੱਡੇ ਵੱਡੇ ਵਾਅਦੇ ਕੀਤੇ ਸੀ ਪਰ ਉਹ ਵਾਅਦਿਆਂ ਤੋਂ ਬਾਅਦ ਦੇ ਵਿੱਚ ਇੱਥੇ ਨਹੀਂ ਪਹੁੰਚੇ 2.5 ਸਾਲਾਂ ਦੇ ਕਾਰਜਭਾਰ ਤੋਂ ਬਾਅਦ 'ਚ ਹੁਣ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਆ ਤਾਂ ਫਿਰ ਲੋਕ ਸਭਾ ਦੀ ਵੋਟ ਕਿੱਧਰ ਨੂੰ ਜਾ ਸਕਦੀ ਆ ਵੇਖੋ ਜੀ ਇਹ ਹੁਣ ਲੋਕਾਂ ਦਾ ਇਹ ਕਾਰਨ ਰੁਝਾਨ ਉਲਟ ਹੋ ਚੁੱਕਾ ਕਿੱਧਰ ਤੋਂ ਜਾਊਗੀ ਵੋਟ ਕਿਹੜੇ ਪਾਸੇ ਇਹ ਦੋਵਾਂ ਪਾਰਟੀਆਂ ਤੋਂ ਹੀ ਤਕਰੀਬਨ ਜਿਹੜਾ ਨਾ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਇਹ ਹੁਣ ਤੀਜੀ ਧਿਰ 'ਤੇ ਲੋਕ ਚਾਹੁੰਦੇ ਆ ਵੀ ਤੀਜੀ ਧਿਰ ਆਵੇ ਨਾਲੇ ਇਹਨਾਂ ਦਾ ਸੁਧਾਰ ਹੋ ਜੂ ਅਤੇ ਨਾਲੇ ਲੋਕਾਂ ਨੂੰ ਪਤਾ ਲੱਗ ਜੂ
ਵੀ ਜਿਹੜੇ ਹੁਣ ਤੇ ਜੀ ਢੇਰ ਆਈ ਆ ਇਹ ਕੀ ਕਰ ਰਹੀ ਇਹ ਹਨ ਧਨੋਵਾ ਖੁਰਦ ਦੇ ਵਸਨੀਕ ਜਿਵੇਂ ਕਿ ਹਰਦੁਰ ਰਤਨ ਦੇ ਵਿੱਚ ਆਪਾਂ ਗੱਲ ਕੀਤੀ ਸੀ ਤੇ ਉਹਨਾਂ ਬੀਬੀਆਂ ਨੇ ਆਣ ਕੇ ਦੱਸਿਆ ਕਿ ਸਾਡੀ ਨੌਜਵਾਨ ਪੀੜ੍ਹੀ ਕਿਸੇ ਦਾ ਪੁੱਤ ਸੀ ਕਿਸੇ ਦਾ ਪੋਤਰਾ ਸੀ ਜਿਹੜਾ ਕਿ ਨਸ਼ੇ ਦੇ ਵਿੱਚ ਗਲਤਾਨ ਹੋਇਆ ਵਾ ਇਲਜ਼ਾਮ ਧਨੋਵਾ ਖੁਰਦ ਦੇ ਲੋਕ ਵੀ ਵਸਿੰਦੇ ਵੀ ਉਹ ਲਾ ਰਹੇ ਹੈਗੇ ਆ ਕਿਸਾਨ ਵੀਰਾਂ ਨੇ ਆਪਣਾ ਰੋਣਾ ਰੋਇਆ ਤੇ ਕਿਤੇ ਨਾ ਕਿਤੇ ਨੌਜਵਾਨ ਪੀੜ੍ਹੀ ਦੀ ਗੱਲ ਕੀਤੀ ਆ ਕਿ ਵੱਡੇ ਵੱਡੇ ਟੋਲੇ 40-50 ਜਾਣਿਆਂ ਦੇ ਇਹਨਾਂ ਪਿੰਡਾਂ ਜਾਣ ਕੇ ਖਲੋ ਜਾਂਦੇ ਆ ਕੋਈ ਵੇਚ ਰਿਹਾ ਹੁੰਦਾ ਵਾ ਤੇ ਕੋਈ ਖਰੀਦ ਰਿਹਾ ਵਾ ਪ੍ਰਸ਼ਾਸਨ ਬੇਖਬਰ ਹੈਗਾ ਵਾ ਕਿਉਂ ਨਹੀਂ ਵੇਖਿਆ ਜਾਂਦਾ ਕਿਉਂ ਨਹੀਂ ਬਾਜ਼ ਆਖਣਾ ਇਹਨਾਂ ਨੂੰ ਵੇਖਿਆ ਜਾਂਦਾ ਕਿਉਂਕਿ ਜੇ ਚਿੜੀ ਫਟਕਣ ਦੀ ਗੱਲ ਕੀਤੀ ਜਾਂਦੀ ਆ ਸਰਕਾਰਾਂ ਕਹਿੰਦੀਆਂ ਕਿ ਸਾਨੂੰ ਚਿੜੀ ਫਟਕਦੀ ਵੀ ਦੇਖਦੀ ਆ ਅਤੇ ਫਿਰ ਇਹਨਾਂ ਪਿੰਡਾਂ ਦੇ ਵਸਨੀਕਾਂ ਦੇ ਵਿੱਚ ਜਿਹੜਾ ਕਿ ਨਸ਼ੇ ਦੇ ਵਿੱਚ ਗਲਤਾਨ ਹੋ ਚੁੱਕੇ ਪਿੰਡ ਜਿਹੜੇ ਕਿ ਨੌਜਵਾਨ ਪੀੜ੍ਹੀ ਕਿਤੇ ਨਾ ਕਿਤੇ ਬਰਬਾਦ ਹੋ ਰਹੀ ਆ ਕਿਉਂ ਨਹੀਂ ਸਾਂਭਿਆ ਜਾ ਰਿਹਾ ਨੌਜਵਾਨ ਪੀੜ੍ਹੀ ਨੂੰ ਵੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਿਵੇਂ ਦੱਸਿਆ ਹੈ ਵੀਰ ਜੀ ਨੇ ਕਿ ਬਦਲ ਰਵਾਇਤੀ ਪਾਰਟੀਆਂ ਤੋਂ ਹੋਊਗਾ ਬਦਲ ਹੁੰਦਾ ਵਾ ਕਿ ਜਾਂ ਵਾਰ ਵਾਰ ਉਹ ਹੀ ਰਵਾਇਤੀ ਪਾਰਟੀਆਂ ਅੱਗੇ ਆਉਂਦੀਆਂ